सरदार अख्तर डोगर साहब और सरदार नवीद डोगर कम शरीर है उच्चा लंबा खाद कास्टर छाती लस लस करदा पिंडा चाल भी सजना देखना पेगा और ट्राई की थी कदी कदी निकल के लग गई चाल भी से भी बाट लगाई बाट मुकाबला सख्त है बल पॉइंट हो गया इस वेले पॉइंट हो गया भाई जी रीडर दा सलमान कसाई आया रेट के ऊपर पाकिस्तान आर्मी ने तलक है
ਮੁੰਡੇ ਦਾ ਉਸਤਾਦ ਮਾਰ ਸਈਦ ਸ਼ਗਰਦਾ ਚੱਲ ਵੀ ਬਰਿਆਰ ਕਬੱਡੀ ਕਲੱਬ ਨੇ ਪਾਉਂਦਾ ਹੈ ਕਬੱਡੀ ਚੱਲ ਵੀ ਦੇਖਣਾ ਪਵੇਗਾ ਮੀਆਂ ਮੱਖਣ ਦੂਜੀ ਕਲੀ ਤੇ ਸ਼ਾਨੀ ਗੁੱਜਰ ਰਾਣਾ ਨਾਸਰ ਲੱਗੇ ਨਾਸਰ ਸਰ ਸ਼ਬੀਰਾ ਚੱਲ ਵੀ ਨਾਸਰ ਤੇ ਸਲਮਾਨ ਕਸਾਈ ਕਸਾਈ ਤੇ ਰਾਣਾ ਕਸਾਈ ਤੇ ਰਾਣਾ ਭਾਰੀ ਟੱਕਰ ਪਾਉਂਦੇ ਲੱਗ ਬਲਕੇ ਦਾ ਪੁਆਇੰਟ ਹੈ ਉਹ ਜਾਂਦਾ ਸ਼ਾਹ ਕਰਕੇ ਉਹ ਸੋਹਣਾ ਹੈ ਨਾ ਤਾਂ ਕਰਕੇ ਸੋਹਣਾ ਨਾ ਤਾਂ ਕਰਕੇ ਪੁਆਇੰਟ ਹੋ ਗਿਆ ਸਲਮਾਨ ਕਸਾਈ ਦਾ ਬਹੁਤ ਸੋਹਣਾ ਅੰਕ ਜੋੜਿਆ ਸਟੇਜ ਜੀ ਨੇ ਸਦਾਬਹਾਰ ਮੇਮਾਨ ਇੱਕ ਤੁਸੀਂ ਮਾਰ ਮੁਹੰਮਦ ਸਰਵਰ ਸਿੰਘਪਾਲ ਸਾਹਿਬ ਔਰ ਉਹਨਾਂ ਦੇ ਨਾਲ ਸਰਦਾਰ ਅਖਤਰ ਡੋਗਰ ਸਾਹਿਬ ਸਰਦਾਰ ਨਵੀਕ ਡੋਗਰ ਸਾਹਿਬ ਨਾਲ ਜਨਾਬ ਮੁਹੰਮਦ ਯੂਨਸ ਸਾਹਿਬ ਰਈਸ ਆਫ ਬਾਰ ਦੇ ਕੇ ਤੋ ਜਨਾਬ ਤਸ਼ਰੀਫ ਫਰਮਾ ਪੂਰਾ ਸਵਾਦ ਲੈਂਦੇ ਹੋਏ ਅੱਜ ਦੇ ਇਹਨਾਂ ਮੁਕਾਬਲਿਆਂ ਨੂੰ ਨਾਲ ਨਾਲ ਚੌਧਰੀ ਤਸੀਫ ਅਹਿਮਦ ਖੋਖਰ ਸਾਹਿਬ ਆ ਤਾੜੀ ਮਾਰ ਦੋ ਇੱਕ ਵਾਰੀ ਟ੍ਰੇਡਰ ਵਾਸਤੇ ਟ੍ਰੇਡਰ ਵਾਸਤੇ ਤਾੜੀ ਮਾਰ ਦੋ ਚੱਲ ਵੀ ਅਗਲੀ ਕਬੱਡੀ ਪਾਉਣ ਵਾਸਤੇ ਫਿਰੂਕ ਕਸਾਈ ਚੱਲ ਵੀ ਫਿਰੂਕ ਕਸਾਈ ਦੀ ਕਬੱਡੀ ਜਿੱਦਾਂ ਇਸ ਵੇਲੇ ਫਿਰੂਕ ਕਸਾਈ ਦੀਆਂ ਹੁੰਦੀਆਂ ਘਰ ਘਰ ਗੱਲਾਂ ਫਿਰ ਮੈਦਾਨ ਦਾ ਰੇਡਾ ਪਾਉਂਦਾ ਅੱਜ ਵੀ ਸਾਗਰ ਦੀਆਂ ਸ਼ਲਾਬੀਆਂ ਮੱਖਣ ਆ ਸ਼ਾਨੇ ਸਿਆਲ ਦਾ ਸ਼ਗਿਰਦ ਮੁਹੰਮਦ ਮਨੀਬ ਚੱਲ ਵੀ ਉੱਤੋਂ ਵਾਲੀ ਪਿੰਡ ਹੈ ਮੁੰਡੇ ਦਾ ਟਾਈਗਰ ਕਬੱਡੀ ਕਲੱਬ ਦਾ ਜਾਪੀ ਆ ਚੱਲ ਵੀ ਚੱਲ ਦੇਖਣਾ ਪਵੇਗਾ ਰੱਬ ਸੋਹਣਾ ਜਿਹਨੂੰ ਦੇ ਫਿਰੂਕ ਕਸਾਈ ਤੇ ਮਨੀਬ ਦਾ ਹਲ ਪੁਆਇੰਟ ਹੋ ਗਿਆ ਕਸਾਈ ਦਾ ਪੁਆਇੰਟ ਹੋ ਗਿਆ ਫਿਰੂਕ ਕਸਾਈ ਦਾ ਬਹੁਤ ਸੋਹਣਾ ਅਗਲਾ ਵਾਅਦਾ ਕੀਤਾ ਹੋਇਆ ਔਰ ਪੁਆਇੰਟ ਇਸ ਵੇਲੇ ਜੋੜਿਆ ਮੁੰਡੇ ਨੇ ਬਰਿਆਸ ਕਬੱਡੀ ਕਲੱਬ ਦੇ ਖਾਤੇ ਪੁਆਇੰਟ ਹੋ ਗਿਆ ਇਸ ਵੇਲੇ ਰੇਡਰ ਦਾ ਕਬੱਡੀ ਅਸਲ ਬਰਿਆਰ ਕਬੱਡੀ ਕਲੱਬ ਵੱਲੋਂ ਫਾਹਦ ਦੀ ਕਬੱਡੀ ਤੇ ਆਪਾਂ ਜੁੜਾ ਗਿਆ ਇਸ ਵੇਲੇ ਮੈਦਾਨ ਦੇ ਵਿੱਚ ਚੱਲ ਵੀ ਫਾਹਦ ਟੱਚਬਾਜ਼ੀ ਕਰਦਾ ਹੋਇਆ ਕੋਸ਼ਿਸ਼ ਸੱਜ ਕੇ ਮੀਆਂ ਮੱਖਣ ਲੱਗਾ ਬਲ ਆ ਮਾਰਿਆ ਨਾ ਕਿ ਇਸ ਵੇਲੇ ਪੁਆਇੰਟ ਦਾ ਕਰਦਾ ਹੋਇਆ ਵਾਧਾ ਪੁਆਇੰਟ ਹੋ ਗਿਆ ਇਸ ਵੇਲੇ ਰੇਡਰ ਦਾ ਬਹੁਤ ਸੋਹਣਾ ਅੰਕ ਜੋੜਿਆ ਮੁੰਡੇ ਨੇ ਚੱਲ ਵੀ ਸ਼ਾਨੀ ਗੁੱਜਰ ਇਸ ਵੇਲੇ ਬਿਲਕੁਲ ਤਿਆਰ ਪਰ ਤਿਆਰ ਚੜ੍ਹਦੀ ਜਬਰੇਸ ਦਾ ਨਵਾਂ ਨਗੋਰ ਰੇਡਰ ਹੈ ਔਰ ਕਬੱਡੀ ਪਾਉਣ ਵਾਸਤੇ ਵਧਿਆ ਹੋਇਆ ਮੈਦਾਨ ਦੇ ਅੰਦਰ ਕਹਿੰਦਾ ਜੁੱਸਿਆਂ ਨੂੰ ਕਰਨਾ ਸਿਖਾਉਂਦੀ ਹੈ ਕਬੱਡੀ ਪਿੰਡ ਵਿੱਚ ਖੜਨਾ ਸਿਖਾਉਂਦੀ ਹੈ ਕਬੱਡੀ ਪਾਕਿਸਤਾਨ ਆਰਮੀ ਅਲੀਮ ਟੋਕਾ ਤੇ ਸ਼ਾਨੀ ਗੁੱਜਰ ਗੁਜਰਾਤ ਦੇ ਪੁਆਇੰਟ ਦਾ ਕਰਤਾ ਹੋਇਆ ਵਾਧਾ ਇਸ ਵੇਲੇ ਪੁਆਇੰਟ ਲੱਖਾਂ ਜਿਹਾ ਅੰਕ ਜੋੜਿਆ ਇਸ ਵੇਲੇ ਮੁੰਡੇ ਨੇ ਆਪਰੇਟਿੰਗ ਵਾਸਤੇ ਜਾਂ ਵੀ ਆਇਆ ਰੇਡ ਦੇ ਉੱਪਰ ਸਲਮਾਨ ਕਸਾਈ ਮੁੰਡੇ ਦਾ ਤਲਕ ਪਾਕਿਸਤਾਨ ਆਰਮੀ ਨਾਲ ਆਰਮੀ ਦਾ ਟੈਂਕਰ ਆ ਚੱਲ ਵੀ ਸੋਹਣਿਆ ਪਾਕ ਹਜਰਾ ਕਬੱਡੀ ਮੀਆਂ ਮੱਖਣ ਸ਼ਾਨ ਸਿਆਲ ਦਾ ਬੜਾ ਸ਼ਗਿਰਦ ਹੈ ਨਾਗਾ ਮੀਆਂ ਮੱਖਣ ਹਲ ਸਲਮਾਨ ਕਸਾਈ ਪੁਆਇੰਟ ਦਾ ਕਰਤਾ ਹੋਇਆ ਵਾਧਾ ਇਸ ਵੇਲੇ ਮੈਦਾਨ ਦੇ ਅੰਦਰ ਬਾਜੀਆ ਨਵੀਦ ਗੁੱਜਰ ਦੇ ਨਾ ਜਿੰਨੇ ਵੀ ਕਬੱਡੀ ਖਿਡਾਰੀ ਆ ਆ ਜਲੇਬੀਆਂ ਦੇ ਸਟਾਲ ਤੇ ਪਹੁੰਚੋ ਸਟੇਜ ਦੀ ਬੈਕ ਸਾਈਡ ਤੇ ਚੱਲ ਵੀ ਕਬੱਡੀ ਪਾਉਣ ਪਾਸੇ ਫਰੂਕ ਸਾਈ ਆ ਰੇਟ ਦੇ ਉੱਪਰ ਕਹਿੰਦਾ ਜਿੱਤਣੀ ਨਕਦੀ ਹਾਨੀ ਬਾਜੋ ਜਿਵੇਂ ਮਛਲੀ ਪਾਣੀ ਬਾਜੋ ਹੋਰ ਤਰ੍ਹਾਂ ਦੇ ਹੋ ਗਏ ਫੇੜੇ ਚਾਟੀ ਕੜੇ ਮਦਾਨੀ ਬਾਜੋ ਮਨੀਪਾ ਡੰਗਰ ਦੀ ਟਰਾਈ ਕਰਦਾ ਹਲ ਪੁਆਇੰਟ ਹੈ ਫਰੂਕ ਸਾਈ ਦਾ ਪੁਆਇੰਟ ਹੋ ਗਿਆ ਫਰੂਕ ਸਾਈ ਦਾ ਚੱਲ ਵੀ ਅਗਲੀ ਕਬੱਡੀ ਪਾਉਣ ਵਾਸਤੇ ਸ਼ਾਨੀ ਗੁੱਜਰ ਬਿਲਕੁਲ ਤਿਆਰ ਪਰ ਤਿਆਰ ਸ਼ਾਨੀ ਗੁੱਜਰ ਆਸ ਨੂੰ ਪਾਉਂਦਾ ਹੈ ਕਬੱਡੀ ਪਿੰਡ 208 ਔਰ ਅਬਾਜੀ ਜਿਹੜੇ ਨਾ ਗੁੱਜਰ ਕਬੱਡੀ ਕਲੱਬ ਭੀਲੇ ਦੇ ਜਿੰਨੇ ਵੀ ਖਿਡਾਰੀ ਨਾ ਸਾਥ ਵੀ ਅਜਲੇ ਬੀਆਂ ਵਾਲੇ ਕੋ ਪਹੁੰਚੋ ਬਾਈ ਚੱਲ ਵੀ ਕਬੱਡੀ ਬਾਲ ਪਾਸ ਹੈ ਆਪਣਾ ਰੇਡ ਦੇ ਉੱਪਰ ਬਿਲਕੁਲ ਤਿਆਰ ਪਰ ਤਿਆਰ ਆ ਚੱਲ ਵੀ ਸੱਦ ਕੇ ਅਲੀਮ ਟੋਕਾ ਤੇ ਮੁੰਡਾ ਲੱਗੇਗਾ ਕਿਹੜਾ ਮੀਆਂ ਤੈਯਬ ਸੱਦ ਕੇ ਲੱਗ ਗਿਆ ਅਲੀਮ ਟੋਕਾ ਟੈਕਨੀਕਲ ਬੰਦ ਮੰਗ ਹੈ ਔਰ ਮੁਹੰਮਦ ਤਨਵੀਰ ਮੁਗਲ ਇੰਟਰਨੈਸ਼ਨਲ ਬਿਜਲਾ ਬਾਈ ਸਾਥ ਖਾਲਾ ਬੱਦਲ ਗਿੰਦੇ ਸਨ ਦੇਖਣਾ ਪਵੇਗਾ ਪੁਆਇੰਟ ਹੋ ਗਿਆ ਰੇਡਰ ਦਾ ਪੁਆਇੰਟ ਹੋ ਗਿਆ ਰੇਡਰ ਦਾ ਇਸ ਵੇਲੇ ਪੁਆਇੰਟ ਸ਼ਾਨੀ ਗੁੱਜਰ ਦਾ ਬਹੁਤ ਸੋਹਣਾ ਅੰਕ ਜੋੜਿਆ ਮੁੰਡੇ ਨੇ ਇਸ ਵੇਲੇ ਮੈਦਾਨ ਦੇ ਅੰਦਰ ਚਾਰ ਵੀ ਕਬੱਡੀ ਪਾਉਣ ਵਾਸਤੇ ਮੁਹੰਮਦ ਫਾਹਦ ਇੱਕ ਵਾਰ ਫਿਰ ਬਿਲਕੁਲ ਤਿਆਰ ਪਰ ਤਿਆਰ
ਚਲਵੀ ਆ ਰੇਡ ਦੇ ਪਰਫਾਹਤ ਆਬਦ ਫਾਹਤ ਦੀ ਪੈਂਦੀ ਕਬੱਡੀ ਆ ਚਲਵੀ ਸੋਹਣਾ ਬਾਹ ਮਜਰਾ ਕਬੱਡੀ ਸ਼ੁਰੂ ਬਦਾਰ ਦੇ ਅੰਦਰ ਫਾਹਤ ਆ ਬੋਲਿਆ ਹੋਇਆ ਤਾਵਾ ਦਾ ਟੋਇਆ ਟਿਪਾ ਇੱਕ ਬਰਾਬਰ ਟਿੱਬਾ ਟੋਇਆ ਇੱਕ ਬਰਾਬਰ ਕੱਟਿਆ ਬੋਇਆ ਇੱਕ ਬਰਾਬਰ ਕਸਮੇ ਸੁਣ ਕੇ ਦੀਂਦਰ ਉੱਡ ਗਈ ਸੁੱਤਾ ਬੋਇਆ ਇੱਕ ਬਰਾਬਰ ਰਾਣੇ ਨਾਸਰ ਦੇ ਹੱਥੀ ਜਾਣ ਗਿਆ ਬਈ ਨਾਸਰ ਆ ਹਲਕੀ ਦੀ ਚੋਟ ਮਹਿਸੂਸ ਕੀਤੀ ਆ ਮੁੰਡੇ ਨੇ ਅੱਲਾ ਪਾਕ ਮਿਹਰ ਕਰੇ ਬਾਈ ਜੀ ਐਂਡ ਪ੍ਰੀਵਿਊ ਮੈਦਾਨ ਦੇ ਅੰਦਰ ਤਲਹਾ ਗੁੱਜਰ ਦੀ ਪੈਂਦੀ ਇੱਕ ਬੰਡੀ ਇਸ ਵੇਲੇ ਮੈਦਾਨ ਦੇ ਅੰਦਰ ਚੱਲ ਵੀ ਸੋਹਣਾ ਪਾਕ ਮਜਰਾ ਕਬੱਡੀ ਦੇਖਦੇ ਫੜਕ ਦੇ ਡੋਲੇ ਚ ਹੋਈਆਂ ਛੱਲੀਆਂ ਚੱਟ ਦੀਆਂ ਰੇਟਾਂ ਲੋਕੋ ਚਾਂਦੀਆਂ ਨਹੀਂ ਚੱਲੀਆਂ ਲਾਗਾ ਲੀਮ ਟੋਕਾ ਪਾਕਿਸਤਾਨ ਆਰਮੀ ਦਾ ਬੰਬਰ ਸ਼ੇਰ ਅਲੀਮ ਟੋਕਾ ਲਗਾ ਹੋਇਆ ਸੇਲੇ ਚੜਦਾ ਛੋਟਾ ਵੀਰ ਪੁਆਇੰਟ ਹੋ ਗਿਆ ਜੱਟ ਦੇ ਤਾੜੀ ਮਾਰ ਦੋ ਲੀਮ ਟੋਕੇ ਵਾਸਤੇ ਪੁਆਇੰਟ ਹੋ ਗਿਆ ਲੀਮ ਟੋਕੇ ਦਾ ਬਹੁਤ ਸੋਹਣਾ ਜੋੜਿਆ ਇਸ ਵੇਲੇ ਮੁੰਡੇ ਨੇ ਅਗਲੀ ਕਬੱਡੀ ਪਾਉਣ ਵਾਸਤੇ ਸਲਮਾਨ ਕਸਾਈ ਬਿਲਕੁਲ ਤਿਆਰ ਬਰ ਤਿਆਰ ਚੜ ਵੀ ਕਸਾਈਆਂ ਦਾ ਸੋਹਣਾ ਪੁੱਤ ਬੋਲਦਾ ਕਬੱਡੀ ਰੀਆਂ ਮੱਖਣ ਰਾਣਾ ਨਾਸਰ ਸਰਸ਼ਮੀਰ ਵਾਲਾ ਦੇਖਦੇ ਦੋ ਕੰਨੀਆਂ ਦੇ ਬੜੇ ਟੌਪ ਤੇ ਜਾਫੀ ਆ ਟੌਪ ਤੇ ਜਾਫੀਆਂ ਚ ਕਿਹੜਾ ਬੜਾ ਵੱਧ ਕੇ ਟਰਾਈ ਕਰੇਗਾ 30 ਸੈਕਿੰਡ ਦਾ ਵੇਲਾ ਕਿਹਦਾ ਤੇਰੇ ਹਾਲ ਹਵਾਲੇ ਚੰਗੇ ਲੱਗਦੇ ਨੇ ਦਿਲ ਨੂੰ ਤੇਰੇ ਚਾਲੇ ਚੰਗੇ ਲੱਗਦੇ ਨੇ ਮੰਨਿਆ ਘਰ ਦਾ ਕਹਿਣਾ ਸਾਰੇ ਹੁੰਦੇ ਨੇ ਪੁੱਤਰ ਅਣਖਾਂ ਵਾਲੇ ਚੰਗੇ ਲੱਗਦੇ ਨੇ ਤਾੜੀ ਮਾਰੋ ਕਸਾਈ ਵਾਸਤੇ ਆ ਸਦਕੇ ਪੁਆਇੰਟ ਹੋ ਗਿਆ ਰੇਡਰ ਦਾ ਬਹੁਤ ਸੋਹਣਾ ਪੁਆਇੰਟ ਦਾ ਕਰਦਾ ਹੋਇਆ ਵਾਧਾ ਸਿਰ ਮੈਦਾਨ ਦੇ ਅੰਦਰ ਅੱਛਾ ਬਾਈ ਜੀ ਦੂਜੇ ਬੰਦੇ ਕੀ ਗੱਲ ਬਣ ਗਈ ਇੰਨੇ ਵਾਧੂ ਬੰਦੇ ਇੰਨੇ ਖਿਡਾਰੀ ਜਿਹੜੇ ਗਰਾਊਂਡ ਚਹਿਲਕਦਮੀ ਕਰ ਰਹੇ ਨੇ ਥੱਲੇ ਪੈ ਜਾਓ ਬਾਰ ਬਾਰ ਬਾਹਰੋਂ ਬਾਈ ਜੀ ਇਤਰਾਜ਼ ਆ ਰਿਹਾ ਥੱਲੇ ਪੈ ਜਾਓ ਮਿਹਰਬਾਨੀ ਗਰਾਊਂਡ ਕਲੀਅਰ ਕਰ ਦਿਓ ਚੱਲ ਵੀ ਕਬੱਡੀ ਬਾਲ ਵਾਸਤੇ ਸ਼ਾਨੀ ਗੁੱਜਰ ਪੌਦਾ ਹੈ ਕਬੱਡੀ ਮੈਦਾਨ ਦੇ ਅੰਦਰ ਚੱਲ ਵੀ ਸ਼ਾਨੀ ਗੁੱਜਰ ਦੀ ਕਬੱਡੀ ਸਦਕੇ ਚੱਲ ਵੀ ਸ਼ਾਨੀ ਗੁੱਜਰ ਅਸਲ ਜਾਫੀ ਟੱਕਰੇ ਦੀ ਕਰਦਾ ਹੈ ਕੋਸ਼ਿਸ਼ ਹੈ ਸਦਕੇ ਹੰਦੇ ਬਿਲਕੁਲ ਕਰੀਬ ਔਰ ਪੁਆਇੰਟ ਹੋ ਗਿਆ ਇਸ ਵੇਲੇ ਸ਼ਾਨੀ ਗੁੱਜਰ ਦਾ ਵਾਲਾ ਕਬੱਡੀ ਕਲੱਬ ਬਾਟ ਚੰਨਣਗੇ ਬਾ ਮੁਕਾਬਲਾ ਵੱਡੀਆਂ ਕੰਗਾਂ ਬਾਜੀ ਟੀਮਾਂ ਦੋਨੋਂ ਗਰਾਊਂਡ ਚ ਆ ਜਾਓ ਦੋਨੋਂ ਟੀਮਾਂ ਨਾ ਗਰਾਊਂਡ ਚੱਲ ਚੱਲ ਵੀ ਫਰੂਕ ਸਾਈ ਰੇਡ ਦੇ ਉੱਪਰ ਫਰੂਕ ਸਾਈ ਟੱਚ ਮਾਰਨ ਕਰਦੇ ਕੋਈ ਮੀਆਂ ਮੱਖਣ ਲਗਾਈ ਸ਼ਾਨੇ ਸਿਆਲ ਦਾ ਬੜਾ ਸ਼ਗਿਰਦ ਹੈ ਆ ਭਾਈ ਜੀ ਭਾਈ ਟੈਕਨੀਕਲ ਪੁਆਇੰਟ ਬਣਦਾ ਇਸ ਵੇਲੇ ਤਿਆਰ ਆ ਚਾਲ ਵੀ ਸਦਕੇ ਲੱਗ ਗਿਆ ਹੋਇਆ ਲੀਮ ਟੋਕਾ ਇੱਕ ਵਾਰੀ ਚਾਲ ਵੀ ਸਦਕੇ ਮੁਕਾਬਲਾ ਚੱਲਦਾ ਹੋਇਆ ਮੈਦਾਨ ਦੇ ਅੰਦਰ ਛੁੱਟੀ ਹੋਈ ਜਗ੍ਹਾ ਦੀ ਲਾਗ ਪਕੜ ਬਣਾ ਲਈ ਮੁੰਡੇ ਨੇ ਕਹਿੰਦਾ ਸਫ਼ਰ ਲਈ ਚੰਗੀ ਰੇਲ ਹੁੰਦੀ ਆ ਤੇ ਵੱਜੀ ਹੋਈ ਕਿੰਜੀ ਸੈਂਟਰ ਰੇਲ ਹੁੰਦੀ ਆ ਪੁਆਇੰਟ ਹੋਇਆ ਜਾਫੀ ਦਾ ਪੁਆਇੰਟ ਹੋ ਗਿਆ ਸੋਹਣਾ ਜਾਫੀ ਦਾ ਬਹੁਤ ਸੋਹਣਾ ਅੱਜ ਥੋੜ੍ਹਾ ਮੁੰਡੇ ਨੇ ਬਰਿਆਰ ਕਬੱਡੀ ਕਲੱਬ ਦੇ ਖਾਤੇ ਭਾਈ ਜੀ ਦੋਨੋਂ ਟੀਮਾਂ ਗਰਾਊਂਡ 'ਚ ਆ ਜਾਓ ਵੱਡੀਆਂ ਕੰਗਾਂ ਬਾ ਮੁਕਾਬਲਾ ਬਾਟ ਚੰਨਣ ਕੇ ਚੱਲ ਵੀ ਕਬੱਡੀ ਪਾਉਣ ਵਾਸਤੇ ਆਇਆ ਰੇਡ ਦੇ ਉੱਪਰ ਮੁਹੰਮਦ ਫਾਹਦ ਫਾਹਦ ਦੀ ਕਬੱਡੀ ਅੱਲਾ ਗਿਆ ਮੀਆਂ ਮੱਖਣ ਇਸ ਵੇਲੇ ਵਾਸਤੇ ਗਲਾਬ ਵਾਸਤੇ ਵਿਸਲ ਹੈ ਕਿ ਪੁਆਇੰਟ ਹੋ ਗਿਆ ਇਸ ਵੇਲੇ ਜਾਫੀ ਦਾ ਪੁਆਇੰਟ ਹੋ ਗਿਆ ਇਸ ਵੇਲੇ ਟਾਈਗਰ ਕਬੱਡੀ ਕਲੱਬ ਦੇ ਖਾਤੇ ਚੱਲ ਵੀ ਅਗਲੀ ਕਬੱਡੀ ਪਾਉਣ ਵਾਸਤੇ ਬਣਾ ਬਿਲਕੁਲ ਤਿਆਰ ਬਰ ਤਿਆਰ ਸ਼ਾਨੀ ਗੁੱਜਰ ਆ ਚੱਲ ਵੀ ਗੁਜਰਾ ਪਾ ਖਜਰਾ ਕਬੱਡੀ ਸ਼ਾਨੀ ਗੁੱਜਰ ਬਿਲਕੁਲ ਤਿਆਰ ਬਰ ਤਿਆਰ ਕਬੱਡੀ ਪਾਉਣ ਵਾਸਤੇ ਸ਼ਾਨੀ ਗੁੱਜਰ ਦੀ ਪੈਂਦੀ ਹੀ ਕਬੱਡੀ ਕਹਿੰਦਾ ਸੱਜਣੋ ਨੰਬਰ ਲੈਣ ਮੈਂ ਚੱਲਿਆ ਤੇ ਡਾਂਡਿਆ ਦੇ ਨਾਲ ਖੈਣ ਮੈਂ ਚੱਲਿਆ ਚੱਲ ਵੀ ਟੱਚ ਮਾਰੇ ਬੜੇ ਹੋਈ ਜਗ੍ਹਾ ਹੋਈ ਟੋਕੇ ਦਾ ਅਲੀਮ ਟੋਕਾ ਤੇ ਸ਼ਾਨੀ ਗੁੱਜਰ ਪੁਆਇੰਟ ਹੋ ਗਿਆ ਸੋਲੇ ਮੀਟਰ ਦਾ ਪੁਆਇੰਟ ਹੋ ਗਿਆ ਸੋਲੇ ਮੀਟਰ ਦੀ ਹੈ ਰੱਬ ਸੋਹਣਾ ਮਿਹਰ ਕਰੇ ਮੁੰਡਿਆਂ ਤੇ ਚੱਲ ਵੀ ਆ ਰੇਡ ਦੇ ਉੱਪਰ ਸਲਮਾਨ ਕਸਾਈ ਇਸ ਵੇਲੇ ਬੋਲਦਾ ਹੋਇਆ ਧਾਵਾ ਚੱਲ ਵੀ ਸਲਮਾਨ ਕਸਾਈ ਇਹ ਪੈਂਦੀ ਹੋਈ ਕਬੱਡੀ ਮੈਦਾਨ ਦੇ ਅੰਦਰ ਹੈ ਆ ਚੱਲ ਵੀ ਚਾਰ ਜਾਫੀ ਮੁਹੰਮਦ ਮਨੀ ਮੀਆਂ ਮੱਖਣ ਕਿਹੜਾ ਲਗਾਈ ਮਨੀਪਾ ਲਗਾ ਇਸ ਵੇਲੇ ਚੱਲ ਵੀ ਮੀਆਂ ਮਨੀ ਮੁਹੰਮਦ ਮਨੀ ਵੀ ਲਗਾ ਹੋਇਆ ਮੈਦਾਨ ਦੇ ਸਲਮਾਨ ਕਸਾਈ ਚੱਲ ਵੀ ਸਦਕੇ ਕਹਿੰਦਾ ਪਿੰਡ ਦੇ ਵਿਚਾਲੇ ਭਾਵੇਂ ਚੌਕੀ ਏ ਆ ਚਿੱਟਾ ਦਾ ਮੁੰਡਾ ਇਸ ਪੁੱਠਿਆ ਕਮਾਉਂਦਾ ਸ਼ੌਕੀ ਏ ਇਸ ਵੇਲੇ ਪੁਆਇੰਟ ਦਾ ਕਰਦਾ ਹੋਇਆ ਵਾਧਾ ਬਹੁਤ ਸੋਹਣਾ ਅੰਕ ਜੋੜਿਆ ਇਸ ਵੇਲੇ ਮੈਦਾਨ ਦੇ ਅੰਦਰ ਬਾਹਰ ਲੈ ਗਿਆ ਜਿਹਦਾ ਸੀਗਾ
चारवी तलहा गुजरा रीड के ऊपर आर रीड के ऊपर तलहा गुजर श्रीमदार दे विच आ सदके चारवी प्राइस तक नहीं है आ केड़ा मुड़ा लगाई आ लगा होया सवेले आसा ब्रांड यार पॉइंट हो गया तलहा गुजर दा पॉइंट हो गया तलहा गुजर दा सुणा जुड़या भाजी बाढ़ चन्नण की बटिया कंगा आ जो दो दो दीमा चारवी की बड़ी बॉल वास्ते फरूक कसाई वदे है मैदान दे अंदर इस वेले फरूक कसाई की पेंदी हुई कबड्डी चारवी टच मार दी की ट्राई राइट टकड़ी है और आगे चापी राणा नासर अल्लाह के नासर सर स्पीड वाला चारवी नासर ते फरूक फरूक ते नासर रख लिया थल्ले लै दबार से जल्दी कोशिश कैम का चलती हुई हो गई तन तन 12 तारी नासर वास जोरदार ਬਾਟ ਹੋ ਗਿਆ ਸੁਣ ਚਾਪੀ ਦਾ ਬਾਟ ਹੋ ਗਿਆ ਸੁਣ ਨਾਸਰ ਸਸਵੀਰ ਵਾਲੇ ਦਾ ਉਹ ਸੁਣਾ ਜੋੜੇ ਸੁਣ ਦਾ ਅੰਦਰ ਤਰ ਬਾਹਰ ਚੜਨ ਕੇ ਤੇ ਕੰਗਾ ਦੋਨੋਂ ਟੀਮਾਂ ਗਰਾਊਂਡ ਜਾ ਦੋ ਭਾਜੀ ਦੋਨੋਂ ਟੀਮਾਂ ਗਰਾਊਂਡ ਜਾ ਦੋ ਬਾਹਰ ਚੜਨ ਕੀ ਬਾ ਮੁਕਾਬਲਾ ਵੱਡੀਆਂ ਕੰਗਾ ਚਾਰ ਵਿਕ ਬਣੀ ਬੋਲ ਵਾਸੀ ਸ਼ਾਨੀ ਗੁੱਜਰ ਸੁਣ ਬੰਦਾ ਹੈ ਮਦਾਰ ਦੇ ਅੰਦਰ ਸ਼ਾਨੀ ਦੀ ਕਬੱਡੀ ਹੈ ਮੇਰੇ ਵੀਰੋ ਕਹਿੰਦਾ ਬੁੱਤ ਗੁੱਜਰਾਂ ਦਾ ਧੂੜਾ ਪੜਦਾ ਹੈ ਮਦਾਰ ਦੇ ਅੰਦਰ ਆ ਸੱਜ ਕੇ ਪੂਰਾ ਲੱਗਦਾ ਹੋਇਆ ਜੋਰ ਤਨ ਤਨ ਕਰਾ ਛੜੀ ਔਰ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਇਸ ਵੇਲੇ ਵੇਖਿਆ आज वाले जनाब टाइगर फड़ी ग्राफ दिखाते चार भी कबड्डी बार वास्ते फाहद एक बार फिर रेड दुबर बजा हुआ चार भी फाहद की कबड्डी दे दुड़ागे अब मारे टच है और टेक्निकल पॉइंट की मांग बनाई है पर पॉइंट तनवीर मुगल दी फैसले का पॉइंट हो गया रेडर दा पॉइंट हो गया सोले रेडर दा चार भी अगली कबड्डी पाण वास्ते आज वाले बड़ा बिल्कुल तैयार पर तैयार आज सदके टच मारने करता है कोशिश किधर रब ने चाहे हो जाएगा एक दी लीज क्रिएट रात शरीर संभाली रखी पूरा पूरा वेट इंग्लिश ਖੇਡਾ ਤੋਂ ਬਾਅਦ ਹੋਣਾ ਚੰਨ ਕਾਉਂਟੀ ਦਾ ਰੇਟ ਸੱਚਾ ਖਾ ਪੰਜਾਬੀ ਪੁੱਤਰਾ ਤੂੰ ਇਹ ਜੱਗ ਦਾ ਵੇਟ ਤਾਈਓ ਹੋਇਆ ਜੱਗ ਦੀਵਾਨਾ ਖੇਡ ਕਬੱਡੀ ਖੇਡ ਜਵਾਨਾ ਖੇਡ ਕਬੱਡੀ ਖੇਡ ਜਵਾਨਾ ਦਾ ਪੁਆਇੰਟ ਹੋ ਗਿਆ ਇਸ ਵੇਲੇ ਰੇਟਰ ਦਾ ਪੁਆਇੰਟ ਹੋ ਗਿਆ ਇਸ ਵੇਲੇ ਭਾਈ ਜੀ ਤਰ੍ਹਾਂ ਗੁੱਦਰ ਦਾ ਚੱਲ ਵੀ ਆ ਗਿਆ ਰੇਟ ਦੇ ਉੱਪਰ ਸਲਮਾਨ ਕਸਾਈ ਇੱਕ ਵਾਰ ਫਿਰ ਕਬੱਡੀ ਮੋਦਾ ਹੈ ਅਮਦਾਰ ਦੇ ਅੰਦਰ ਆ ਚੱਲ ਵੀ ਕਸਾਈਆਂ ਦਾ ਪੁੱਤ ਇਸ ਵੇਲੇ ਚਾਰ ਚਾਪੀ ਲਾ ਕੇ ਮੂਰੇ ਖੜਿਆ ਹੋਇਆ ਆ ਸੱਜ ਕੇ ਕਿਹੜਾ ਮੁੰਡਾ ਲੱਗਾਈ ਨਾ ਸਰ ਨਾ ਸਰ ਦੇ ਸਲਮਾਨ ਆਏ ਸਦਕੇ ਪੁਆਇੰਟ ਹੋ ਗਿਆ ਇਸ ਵੇਲੇ ਸਲਮਾਨ ਕਸਾਈ ਦਾ ਪੁਆਇੰਟ ਹੋ ਗਿਆ ਇਸ ਵੇਲੇ ਰੀਡਰ ਦਾ ਬਹੁਤ ਸੋਹਣਾ ਅੰਕ ਦਾ ਕੀਤਾ ਵਾਧਾ ਸਰਮਦਾਰ ਦੇ ਅੰਦਰ ਚਾਰ ਵੀ ਕਬੱਡੀ ਬਾਣ ਵਾਸਤੇ ਸ਼ਾਨੀ ਗੁੱਜਰ ਵਧਿਆ ਹੋਇਆ ਮੈਦਾਨ ਦੇ ਅੰਦਰ ਕੀਤਾ ਬੱਲੇ ਬੱਲੇ ਦੀ ਕਬੱਡੀ ਕੀ ਸ਼ਾਬਾ ਸ਼ਾਬਾ ਦੀ ਕਬੱਡੀ ਕੀ ਕੌਟੀਆਂ ਦੇ ਪਿੰਡ ਵਿੱਚ ਜਦੋਂ ਸੱਜ ਦੇ ਮੈਦਾਨ ਵਿੱਚ ਖੁਸ਼ੀਆਂ ਦੇ ਢੋਲ ਵੱਜਦੇ ਪੰਜਾਬ ਵਿੱਚ ਔਰ ਇਸ ਵੇਲੇ ਟੈਕਨੀਕਲ ਪੁਆਇੰਟ ਦੀ ਮੰਗ ਹੈ ਪੁਆਇੰਟ ਕਿਹਦਾ ਬਾਈ ਜੀ ਪੁਆਇੰਟ ਹੋ ਗਿਆ ਇਸ ਵੇਲੇ ਸ਼ਾਨੀ ਗੁੱਜਰ ਦਾ ਪੁਆਇੰਟ ਹੋ ਗਿਆ ਰੇਡਰ ਦਾ ਅਗਲੇ ਮੁਕਾਬਲੇ ਦੀ ਦੋਨੋਂ ਟੀਮਾਂ ਤੋਂ ਵੱਡੀਆਂ ਕੰਗਾਂ ਦਾ ਮੁਕਾਬਲਾ ਬਾਟ ਚੱਲ ਕੇ ਟੀਮਾਂ ਦੋਨੋਂ ਗਰਾਊਂਡ ਚਾ ਦਾ ਬਿਨਾ ਤਕੀਦ ਔਰ ਕਬੱਡੀ ਬੋਰਡ ਵਾਸਤੇ ਮੁਹੰਮਦ ਫਰੂਕ ਕਸਾਈ ਅੱਜ ਵੇ ਨਾ ਦੁਕਾਰ ਦਾ ਸ਼ੀਰ ਬੋਦਾ ਹੈ ਕਬੱਡੀ ਉੱਟੀ ਪਾਉਣ ਦੀ ਕੋਸ਼ਿਸ਼ ਹੈ ਰਾਤ ਬਸ ਹੋਣਾ ਕਿਸੇ ਨੂੰ ਬਾਜੀ ਪੁੱਠੀਆਂ ਨਾ ਪਾਵੇ ਰੱਖ ਲਿਆ ਥੱਲੇ ਕੈਮ ਖਾ ਚੱਲਦੀ ਪੂਰੀ ਤਨ ਤਨ ਹੋ ਗਈ ਲੱਗਿਆ ਪੂਰਾ ਜ਼ੋਰ ਔਰ ਇਸ ਵੇਲੇ ਮੁੰਡੇ ਨੇ ਕਰ ਦਿੱਤਾ ਇੱਕ ਚੱਕਾ ਯਾਮ ਕਬੱਡੀ 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 ਮਾਹੌਲ ਬਣ ਗਿਆ ਤਾੜੀ ਮਾਰਦੇ ਇੱਕ ਵਾਰ ਜਾਪੀ ਵਾਸਤੇ ਜ਼ੋਰਦਾਰ ਔਰ ਪੁਆਇੰਟ ਹੋ ਗਿਆ ਜਾਪੀ ਦਾ ਹੌਸਲਾ ਜੁੜਿਆ ਪੁਆਇੰਟ ਭਾਜੀ ਬੱਗੀ ਬਲੋਚ ਕਿਤੇ ਵੀ ਰਾਬਤਾ ਕਰੇ ਤੋ ਮਹਿਮਾਨ ਮੇਨ ਵਾਸਤੇ ਬੱਗੀ ਬਲੋਚ ਬਾੜ ਚੰਨਣ ਕੇ ਬਾ ਮੁਕਾਬਲਾ ਬੜੀਆਂ ਕੰਗਾ ਭਾਜੀ ਟੀਮਾਂ ਜੋ ਦੋਨੋਂ ਹੀ ਗਰਾਊਂਡ ਵਿੱਚ ਸਹੀ ਆ ਯਾਰ ਕੀ ਕਹਿੰਦੇ ਹੁੰਦੇ ਆ ਵੀਡੀਓ ਬਣਾਉਂਦੇ ਆ ਕੀ ਤੂੰ ਖੈਰ ਖਾਦਾ ਮੇਰਾ ਆਖਰੀ ਪਲ ਚੱਲਦੇ ਹੋਏ ਇਸ ਮੁਕਾਬਲੇ ਦੇ ਹਾਂ ਜਿੱਤ ਗਏ ਇੱਥੇ ਬੋਲ ਵਾਸਤੇ ਆਪਣਾ ਬਿਲਕੁਲ ਚਾਰ ਬਚਾਰ ਔਰ ਧੱਕਾ ਮਾਰ ਗਲਾਈ ਤੋਂ ਬਾਹਰ ਦੀ ਕੋਸ਼ਿਸ਼ ਹੈ ਔਰ ਪੁਆਇੰਟ ਕਹਿੰਦਾ ਹਾਕੀ ਨਾ ਬੰਦਾ ਹਲੇ ਮੈਂ ਜੋ ਹੁੰਦਾ ਕੀ ਗਿਆ ਮੈਨੂੰ ਕੱਲਾ ਤੁਹਾਡੀ ਖੱਤੀ ਕਬੱਡੀ ਅੱਜ ਦੇ ਖੇਡ ਮੈਦਾਨ ਦੇ ਅੰਦਰ ਜੱਫੇ ਕੀਤੇ ਆ ਚਾ ਤਿੰਨ ਕ ਜੱਫੇ ਲੀਨੀ ਮਾਰੇ ਆ ਕਬੱਡੀ ਕੰਗਾ
ਵੱਡਾ ਮੈਚ ਵੱਡੇ ਟਾਕਰੇ ਔਰ ਵੱਡੇ ਖਿਡਾਰੀ ਜਨਾਬ ਦੋਨੋਂ ਟੀਮਾਂ ਵਿੱਚ ਭਾਈ ਟੀਮਾਂ ਦੋਨੋਂ ਹੀ ਆ ਜਾਓ ਸਟੇਜ ਦੀ ਜ਼ੀਨਤ ਜਨਾਬ ਸਰਦਾਰ ਅਖਤਰ ਡੋਗਰ ਸਾਹਿਬ ਸਰਦਾਰ ਨਵੀਨ ਡੋਗਰ ਸਾਹਿਬ ਕਾਬਲੇ ਇੱਜ਼ਤ ਕਾਬਲੇ ਇਤਰਾਮ ਮਾਰ ਮੁਹੰਮਦ ਸਰਵਰ ਸਿੰਘ ਨਿਪਾਲ ਸਾਹਿਬ ਹੋਰ ਜਨਾਬ ਨਾਲ ਜਨਾਬ ਮੁਹੰਮਦ ਯੂਨਸ ਸਾਹਿਬ ਤਸ਼ਰੀਫ ਫਰਮਾ ਨੇ ਸਦਕੇ ਆ ਸਦਕੇ ਟੈਪਿੰਗ ਸੁਈਆਂ ਵਾਂਗੂ ਭੁੰਮ ਦੇ ਮੈਦਾਨ ਵਿੱਚ ਪਿੜ ਪੈ ਗਏ ਸਾਹਨਾ ਦੇ ਤੇ ਕਾਉਂਟੀ ਦੇ ਮੈਦਾਨ ਅੰਦਰ ਫਤਿਹ ਲੱਗਣਗੇ ਜਾਨਾਂ ਦੇ ਆਸਾ ਬ੍ਰੈਂਡ ਕਹਿੰਦੇ ਆਸਾ ਬ੍ਰੈਂਡ ਲੱਗਾ ਹੋਇਆ ਆ ਦੇਖਣਾ ਪੈਗਾ ਵੱਜ ਗਈ ਫਿਸਲ ਤਾਲੀ ਮਾਰ ਆਸੇ ਬ੍ਰੈਂਡ ਵਾਸਤੇ ਆ ਸਦਕੇ ਆਸਾ ਬ੍ਰੈਂਡ ਪੁਆਇੰਟ ਦਾ ਕਰਦਾ ਹੋਇਆ ਵਾਧਾ ਇਸ ਵੇਲੇ ਪੁਆਇੰਟ ਹੋ ਗਿਆ ਜਾਫੀ ਦਾ ਆਡ ਹੋਇਆ ਜਾਫੀ ਦਾ ਇਸ ਬਜ਼ਾਰ ਕਬੜੀ ਨਾਲ ਦਿਖਾਤੇ ਪੁਆਇੰਟ ਜੋੜਦਾ ਹੋਇਆ ਚਾਰ ਵੇਗ ਦੀ ਕਬੜੀ ਬੋਲ ਵਾਸਤੇ ਸਲਮਾਨ ਕਸਾਈ ਸਲਮਾਨ ਕਸਾਈ ਦੀ ਕਬੱਡੀ ਮੁੰਡ ਦਾ ਇਸ ਵੇਲੇ ਜਨਾਬ ਤਲਕ ਪਾਕਿਸਤਾਨ ਆਰਮੀ ਨਾਲ ਚਾਰ ਵੀ ਪਿੰਡ ਹੈ 338 ਨਾ ਲਾਹੌਰ ਚਾਰ ਵੀ ਸਦਕੇ ਮੁੰਡਾ ਟੱਕਰ ਦੀ ਕਰਦਾ ਹੋਇਆ ਕੋਸ਼ ਹੈ ਔਰ ਇਸ ਵੇਲੇ ਪੁਆਇੰਟ ਦਾ ਕਰਦਾ ਹੋਇਆ ਵਾਧਾ ਬਹੁਤ ਸੋਹਣਾ ਅੰਕ ਕੀਤਾ ਵਾਧਾ ਸਲਮਦਾਰ ਦੇ ਅੰਦਰ ਬਾਜੀ ਟੀਮਾਂ ਦੋਨੋਂ ਯਾਦ ਖਾਨ ਆਸਮ ਖਾਨ ਸਾਹਿਬ ਰਾਬਤਾ ਕਰੋ ਟੀਮਾਂ ਨਾਲ ਚਾਰ ਵੀ ਤਲਹਾ ਗੁਜਰ ਰੇਟ ਦੇ ਉੱਪਰ ਆਰੇਟ ਦੇ ਉੱਪਰ ਤਲਹਾ ਗੁਜਰ ਚਾਰ ਵੀ ਪਾਲੀ ਪਰਕਮ ਸ਼ਰੀਰ ਇਸ ਵੇਲੇ ਬੰਦੇ ਦਾ ਔਰ ਬੁੱਲੇ ਬੁੱਲੇ ਪੱਬ ਧਰਦਾ ਹੋਇਆ ਚਾਰ ਜਾਫੀ ਲਾਏ ਹੋਏ ਮੋਰੇ ਦੇਖਦੇ ਆ ਵੀ ਕਿਹੜਾ ਮੁੰਡਾ ਲੱਗ ਗਈ ਮੁੰਡਾ ਲੱਗ ਗਿਆ ਇਸ ਵੇਲੇ ਨਿਕਲ ਕੇ ਸਦਕੇ ਅਲੀਮ ਟੋਕਾ ਕੀਤੇ ਆ ਅਲੀਮ ਟੋਕਾ ਚਾਰ ਵੀ ਪਿੰਡ ਹੈ 343 ਔਰ ਪੁਆਇੰਟ ਦਾ ਕਰਦਾ ਹੋਇਆ ਵਾਧਾ ਇਸ ਵੇਲੇ ਤਲਹਾ ਗੁਜਰ ਬਹੁਤ ਸੋਹਣਾ ਅੰਕ ਦਾ ਵਾਧਾ ਕੀਤਾ ਹੋਇਆ ਇਸ ਵੇਲੇ ਫਾਸਟ ਗਲਾਮ ਪਾਸ ਪੱਟੀ ਦੀ ਵਿਸਲ ਚਾਰ ਵੀ ਫਾਹਦ ਦੀ ਕਬੱਡੀ ਮੁਹੰਮਦ ਫਾਹਦ ਕਬੱਡੀ ਬਾਲ ਵਾਸਤੇ ਵਧਿਆ ਹੋਇਆ ਮੈਦਾਨ ਦੇ ਅੰਦਰ ਆ ਸਦਕੇ ਲੱਗ ਗਿਆ ਨਾਰਾ ਨਾਸਰ ਆ ਸਦਕੇ ਤਾਈਓ ਡੱਕ ਲਈ ਅੱਜ ਤੇਰੀ ਦਾਸ ਸਜਣਾ ਅਸੀਂ ਡੱਕ ਕੇ ਵਿਖਾ ਦੇਣੇ ਸਾਹ ਸਜਣਾ ਆ ਤੇਰੀ ਨਾਮ ਵਿਚਾਰ ਖਮੋਤੇ ਆ ਜਿੰਨੀ ਲੱਗ ਦੀ ਤੋਂ ਲਾ ਲਿਆ ਅੱਜ ਵਾਹ ਸਜਣਾ ਪੁਆਇੰਟ ਹੈ ਜਾਤੀ ਦਾ ਇਹ ਵੀ ਤਾੜੀ ਮਾਰ ਦੇ ਨਾਸਰ ਵਾਸਤੇ ਇੱਕ ਵਾਰੀ ਬਹੁਤ ਸੋਹਣਾ ਪੁਆਇੰਟ ਜੋੜਿਆ ਇਸ ਵੇਲੇ ਚੱਲ ਵੀ ਅਗਲੀ ਕਬੱਡੀ ਬੋਲ ਵਾਸਤੇ ਆਇਆ ਰੇਟ ਦੇ ਉੱਪਰ ਚੱਲ ਵੀ ਫਰੋਕ ਕਸਾਈ ਰੇਟ ਦੇ ਉੱਪਰ ਵਧਿਆ ਹੋਇਆ ਮੈਦਾਨ ਦੇ ਵਿੱਚ ਚੱਲ ਵੀ ਫਰੋਕ ਕਸਾਈ ਦੀ ਕਬੱਡੀ ਕ੍ਰਿਕਟ ਉੱਤੇ ਪਾਰੂ ਹੋਇਆ ਅੱਜ ਮੈਚ ਕਬੱਡੀ ਦਾ ਹੁਣ ਤੇ ਚੌਕੇ ਛਿੱਕੇ ਮਾਰੂ ਭਾਈਓ ਮੈਚ ਕਬੱਡੀ ਦਾ ਮੀਆਂ ਬੱਕਰ ਲੱਗ ਗਿਆ ਸ਼ਾਨੇ ਸਿਆਦਾ ਬੜਾ ਸ਼ਗਿਰਦਾ ਹੈ ਇਸ ਵੇਲੇ ਮੀਆਂ ਬੱਕਰ ਤੇ ਫਰੋਕ ਕਸਾਈ ਇੱਕ ਵੇਲੇ ਜਵੇਦ ਕਾਲੀ ਦਾ ਸ਼ਗਿਰਦਾ ਦੂਜੇ ਵੇਲੇ ਸ਼ਾਨੇ ਸਿਆਦਾ ਦਾ ਸ਼ਗਿਰਦਾ ਚੱਲ ਵੀ ਹੈ ਬਗਾ ਪੂਰੀ ਕਾਊਂਟ ਤੇ ਰੱਖਿਆ ਮੁੰਡੇ ਦੇ ਹੱਥ ਸੋਹਣਾ ਜਿੰਨ ਦਵੇ ਪੁਆਇੰਟ ਹੋ ਗਿਆ ਇਸ ਵੇਲੇ ਰੇਡਰ ਦਾ ਪੁਆਇੰਟ ਹੋ ਗਿਆ ਇਸ ਵੇਲੇ ਫਰੋਕ ਕਸਾਈ ਦਾ ਬਹੁਤ ਸੋਹਣਾ ਅੰਕ ਜੋੜਿਆ ਬਹੁਤ ਸੋਹਣਾ ਪੁਆਇੰਟ ਦਾ ਕੀਤਾ ਵਧ ਤਾੜੀਆਂ ਮਾਰ ਦੋ ਜੋਰਦਾਰ ਵੀ ਵੱਡੇ ਮੁਕਾਬਲੇ ਬਾਅਦ ਜਨਾਬ ਟੀਮ ਗਰਾਊਂਡ 'ਚ ਆ ਗਈ ਹੈ ਸਤਾ ਯਾਮਿਨ ਵਾਲਾ ਸਾਹਿਬ ਬੁਰਾ ਰਹਿਮਤ ਦੀ ਖੁਸ਼ ਆਮਦੀ ਜੀਆਂ ਨੂੰ ਸੱਤ ਵੀ ਸਵੇਲਾ ਜੀ ਵਾਲਾ ਕਬੱਡੀ ਕਲੱਬ ਬਾਟ ਚੰਨਣ ਕੇ ਟੀਮ ਗਰਾਊਂਡ ਜਾ ਕੇ ਚੱਲ ਵੀ ਜੇ ਪੀ ਵਾਟ ਵਾਲ ਪੁਆਇੰਟ ਹੋ ਗਿਆ ਤਲਹਾ ਗੁੱਜਰ ਦਾ ਪੁਆਇੰਟ ਹੋ ਗਿਆ ਤਲਹਾ ਗੁੱਜਰ ਦਾ ਬਹੁਤ ਸੋਹਣਾ ਅੰਕ ਦਾ ਕੀਤਾ ਹੋਇਆ ਵਾਧਾ ਇਸ ਵੇਲੇ ਬਹੁਤ ਹੀ ਰੌਚਕ ਤੇ ਟਾਫ ਰੌਚਕ ਮੁਕਾਬਲਾ ਬਾਈ ਜੀ ਵੱਡੀਆਂ ਕੰਕਾਂ ਦੀ ਟੀਮ ਆ ਜਾਵੇ ਸਟਾਫ ਰਿਆਜ਼ ਜੱਟ ਅੱਗੇ ਰਿਕੁਐਸਟ ਹੈ ਤਲਹਾ ਹਾਰਾ ਬਾਈ ਜੀ ਟੀਮ ਨੂੰ ਗਰਾਊਂਡ 'ਤੇ ਲਿਆਓ ਸਟਾਫ ਰਿਆਜ਼ ਜੱਟ ਪਾਕਿਸਤਾਨ ਏਅਰਫੋਰਸ ਦੇ ਕੋਚ ਜਨਾਬ ਉਸਤਾਦ ਅਤੇ ਉਸਤਾਦ ਸਟਾਫ ਰਿਆਜ਼ ਜੱਟ ਵੱਡੀਆਂ ਕੰਕਾਂ ਵਾਲੇ ਬਾਈ ਜੀ ਟੀਮ ਨੂੰ ਗਰਾਊਂਡ 'ਚ ਲਿਆਓ ਵੱਡਾ ਮੁਕਾਬਲਾ ਬੜਾ ਤਕੜਾ ਫਸਮਾ ਵੱਡੀ ਟੱਕਰ ਵੱਡੇ ਜੋੜ ਸਾਨਾ ਦੇ ਪੀੜੇ ਨਿਸ਼ਾਨਾ ਜੋ ਹੋਣਿਆ ਚਾਰ ਵੀ ਕਬੱਡੀ ਪਾਉਣ ਵਾਸਤੇ ਆ ਗਿਆ ਰਾਣਾ ਉਮਰ ਟਾਈਗਰ ਕਬੱਡੀ ਕਲੱਬ ਦਾ ਕੈਪਟਨ ਆਇਆ ਵੀ ਚੱਲ ਵੀ ਰਾਣਾ ਉਮਰ ਰੇਡ ਦੇ ਉੱਪਰ ਸਦਕੇ ਟੱਚ ਬੰਦ ਕਰਦਾ ਹੋਇਆ ਟਾਈਜੇ ਵੀ ਬਾਂਡੇ ਕੰਨੀ ਤੇ ਵਿੱਚ ਹੈ ਇਸ ਵੇਲੇ ਜਨਾਬ ਆਸਾ ਬ੍ਰੈਂਡ ਦੇਖਦੇ ਕਿਹੜਾ ਬਣਾ ਦਾ ਇੱਕ ਦੋ ਤਿੰਨ ਚਾਰ ਪੰਜ ਬਾਈ ਜੀ ਪਾੜਾ ਵੇਖ ਕੇ ਨਾ ਸਾਰੇ ਪੈ ਗਏ ਤਾੜੀ ਮਾਰੋ ਤਾੜੀ ਜਾਫੀ ਵਾਸਤੇ ਵਾਸਤੇ ਗਲਾਬ ਵਾਸ ਪੱਟੀ ਦੀ ਵਿਸਲਾ ਕੇ ਪਾਟ ਹੋਇਆ ਜਾਫੀ ਦਾ ਪਾਟ ਹੋਇਆ ਬਾਈ ਜਾਫੀ ਦਾ ਇਸ ਵੇਲੇ ਵੱਡੀਆਂ ਕਿੰਨੇ ਦੀ ਟੀਮ ਆ ਜਾਵੇ ਹੈ ਕੀ ਆਖਰੀ ਪਲ ਔਰ ਚੱਲਦਾ ਹੋਇਆ ਮੁਕਾਬਲਾ ਇਸ ਵੇਲੇ ਖੇਡ ਮੈਦਾਨ ਦੇ ਅੰਦਰ ਵੱਡੀ ਫੜ ਵਾਸਤੇ ਮੁਹੰਮਦ ਫਾਹਦ ਵਧਿਆ ਹੋਇਆ ਇਸ ਵੇਲੇ ਫਿਰ ਖੇਡ ਮੈਦਾਨ ਦੇ ਅੰਦਰ ਚਾਰ ਵੀ ਫਾਹਦ ਫਾਹਦ ਦੀ ਕਬੱਡੀ ਹੈ ਵੀਰੇ ਵੀਰਿਓ ਕਿੱਦਾਂ ਖੜ ਖੜ ਵੇਖਦੇ ਨੇ ਲੋਕੀ ਸਾਨ ਜੱਟ ਨੂੰ ਇਸ ਵੇਲੇ ਫਾਹਦ ਤੇ ਮੁੰਡਾ ਲੱਗਾ ਹੋਇਆ ਮੀਆਂ ਮੱਖਣ ਮੀਆਂ ਮੱਖਣ ਟੱਕਣ ਦੀ ਕਰਦਾ ਕੋਸ਼ਿਸ਼ ਪਰ ਕਿਹਦਾ ਫਾਇਟ ਹੈ ਆ ਸਦਕੇ ਪੁਆਇੰਟ ਹੋ ਗਿਆ ਫਾਹਦ ਦਾ ਪੁਆਇੰਟ ਹੋ ਗਿਆ ਇਸ ਵੇਲੇ ਫਾਹਦ ਦਾ ਬਹੁਤ ਸੋਹਣਾ ਅੰਕ ਦਾ ਵਾਧਾ ਕੀਤਾ ਬੜੀ ਮਹਿੰਗ ਸ਼ੁਰੂਆਤ ਪਹਿਲੀ ਕਬੱਡੀ ਪੈ ਗਈ ਉਦਾਰਤ ਭਾਈ ਜੀ ਕੰਡਾ ਚਾਕ ਲੋ ਗਏ ਹੋ ਮੇਰੇ ਆਸ ਜਨਾਬ ਨੂੰ ਚਾਕ ਸਹਿਰ ਦੇ ਨਾਲ ਮਾਰ
ਚਰਬੀ ਆਜ਼ਾਦ ਵਾਲਾ ਲੱਗੋ ਹਮਦਾਰ ਦੇ ਅੰਦਰ ਔਰ ਪੁਆਇੰਟ ਹੋ ਗਿਆ ਇਸ ਵੇਲੇ ਰੇਡਰ ਦਾ ਪੁਆਇੰਟ ਹੋ ਗਿਆ ਇਸ ਵੇਲੇ ਰੇਡਰ ਦਾ ਬਹੁਤ ਸੋਹਣਾ ਅੱਜ ਤੱਕ ਕੀਤਾ ਹੋਇਆ ਵਾਦਾ ਚਲ ਵੀ ਕਬੱਡੀ ਪਾਉਣ ਵਾਸਤੇ ਹੁਣ ਬਿਲਕੁਲ ਤਿਆਰ ਬਣ ਤਿਆਰ ਸ਼ਾਦੀ ਖੁੱਚਰ ਚਲ ਵੀ ਰੇਡਰ ਦੇ ਉੱਪਰ ਸ਼ਾਦੀ ਖੁੱਚਰ ਅੱਗੇ ਵੱਡੀ ਟੀਮ ਦੇ ਚਾਰ ਚਾਪੀ ਦੋ ਚਾਪੀਆਂ ਚੋਂ ਸਾਮਾ ਜਾਟੇ ਬਦਸਰ ਬੱਚੋ ਔਰ ਚਾਰਵੀ ਸਦਕੀ ਔਰ ਪੁਆਇੰਟ ਹੋ ਗਿਆ ਇਸ ਵੇਲੇ ਸ਼ਾਨੀ ਕੁਚਰ ਦਾ ਬਹੁਤ ਸੋਹਣਾ ਪੁਆਇੰਟ ਦਾ ਕੀਤਾ ਹੋਇਆ ਵਾਧਾ ਇਸ ਵੇਲੇ ਮੁੰਡੇ ਨੇ ਚਾਰਵੀ ਵਸੀਮ ਤੰਬੋ ਪਾਕਿਸਤਾਨ ਏਅਰ ਫੋਰਸ ਦਾ ਬੱਬਰ ਸ਼ੇਰ ਇਸ ਵੇਲੇ ਵਸੀਮ ਤੰਬੋ ਬਹੁਤ ਆਇਆ ਕਬੱਡੀ ਮੈਦਾਨ ਦੇ ਅੰਦਰ ਵਸੀਮ ਤੰਬੋ ਚਾਰਵੀ ਕੋਲ ਆਇਆ ਕਬੱਡੀ ਮੈਦਾਨ ਦੇ ਅੰਦਰ ਲੋਹੇ ਚ ਪੱਟ ਹੁਣ ਮਾਰ ਮਾਰ ਖਾਪੀਆਂ ਛਾਤੀਆਂ ਦਾ ਜਾਨ ਜਿੰਨੋ ਕਾਲਿਆਂ ਵਿੱਚ ਨਾਪੀਆਂ ਤੇ ਲਾਲੀ ਪੈਂਦੀ ਪਿੰਡਿਆਂ ਦੇ ਗਿੱਟ ਗਿੱਟ ਚਾਂਡੀ ਆ ਜਾ ਜਗਾਬਦ ਦੀ ਦੁੱਧ ਵਾਲੀ ਕਾਂਡੀ ਪਾਠ ਹੋ ਗਿਆ ਇਸ ਵੇਲੇ ਚਾਪੀ ਦਾ ਚਾਲ ਵੀ ਆ ਗਿਆ ਰੇਡ ਦੇ ਉੱਪਰ ਕਬੱਡੀ ਪਾਉਣ ਵਾਸਤੇ ਮੁੰਡਾ ਬਿਲਕੁਲ ਤਿਆਰ ਬਰ ਤਿਆਰ ਆ ਟੱਚ ਮਾਰਨ ਦੀ ਕੀਤੀ ਹੋਈ ਕੋਸ਼ਿਸ਼ ਹੈ ਆ ਸਦਕੇ ਜੋ ਜਾਪੀਆਂ ਜੁਗਣਾ ਬੜਾ ਲੱਗਦਾ ਹੈ ਆ ਸਮਾਂ ਦੱਸੇਗਾ ਟੱਚ ਮਾਰਨ ਦੀ ਕੀਤੀ ਹੈ ਕੋਸ਼ਿਸ਼ ਬੜੇ ਨੇ ਲਾਗਿਆ ਬੜਾ ਇਸ ਵੇਲੇ ਦੋ ਬੁੱਧ ਨਿਕਲ ਗਏ ਚੱਲ ਵੀ ਅਲੀ ਸਪਰਾ ਲੱਗਾ ਹੋਇਆ ਮੈਦਾਨ ਦੇ ਅੰਦਰ ਔਰ ਪੁਆਇੰਟ ਹੋ ਗਿਆ ਇਸ ਵੇਲੇ ਮੁਜ਼ੱਫਰ ਸੰਧੂ ਟੱਕਣੇ ਦੀ ਕੋਸ਼ਿਸ਼ ਕਰਦਾ ਹਲ ਪੁਆਇੰਟ ਹੋ ਗਿਆ ਇਸ ਵੇਲੇ ਰੇਡਰ ਦਾ ਬਹੁਤ ਸੋਹਣਾ ਅੰਕ ਚਾਰਵੀ ਕਬੱਡੀ ਪਾਉਣ ਵਾਸਤੇ ਮੁੰਡਾ ਇਸ ਵੇਲੇ ਬਿਲਕੁਲ ਤਿਆਰ ਬਰ ਤਿਆਰ ਵੱਡੀਆਂ ਕੰਗਾਂ ਵੱਲੋਂ ਪੈਂਦੀ ਹੋਈ ਕਬੱਡੀ ਹਰਾ ਪਾਇਆ ਤੇ ਚਿੱਟਾ ਚੋਇਆ ਸਿੱਧ ਵਿਆਹ ਕੇ ਛੱਡੀ ਪੁੱਤਰ ਪੁੱਤਾਂ ਦਾ ਖੇਡਣ ਆਇਆ ਪਿੰਡ ਵਿੱਚ ਅੱਜ ਕਬੱਡੀ ਚਾਰਵੀ ਦੇ ਚਾਰ ਜਾਫੀ ਆਜ਼ਾਨ ਵਾਲਾ ਇਸ ਵੇਲੇ ਆਜ਼ਾਨ ਵਾਲਾ ਲੱਗਾ ਹੋਇਆ ਚਾਰਵੀ ਆਜ਼ਾਨ ਵਾਲਾ ਟੱਕਣ ਦੀ ਕਰਦਾ ਹੋਇਆ ਕੋਸ਼ਿਸ਼ ਆਰ ਪਰ ਪੁਆਇੰਟ ਹੋ ਗਿਆ ਇਸ ਵੇਲੇ ਪੁਆਇੰਟ ਹੋ ਗਿਆ ਵੱਡੀਆਂ ਕੰਗਾਂ ਦੇ ਖਾਤੇ ਚਾਰਵੀ ਸ਼ਾਨੀ ਗੁਜਰ ਰੇਡ ਦੇ ਉੱਪਰ ਕਾਸ਼ੀ ਸੰਧੂ ਦਾ ਬੜਾ ਸ਼ਿਕਰ ਦਾ ਇਸ ਵੇਲੇ ਸ਼ਾਨੀ ਗੁਜਰ ਚੱਲ ਵੀ ਲਾਲ ਰੰਗ ਦੀ ਪਾਈ ਹੋਈ ਨਿਕਰ ਮੁਸ਼ਕਾ ਜਿਹਾ ਰੰਗ ਬਿੱਲੀਆਂ ਬਿੱਲੀਆਂ ਖੜਾ ਪਾਉਂਦਾ ਹੋਇਆ ਘੂੜੀਆਂ ਅੱਗੇ ਵੱਡੀਆਂ ਕੰਗਾਂ ਦੇ ਚਾਰ ਜਾਫੀ ਟਰਾਈ ਕੀਤੀ ਸਾਬਾ ਜੱਟ ਟੱਕਣੇ ਦੀ ਪਰ ਪੁਆਇੰਟ ਹੋ ਗਿਆ ਕਾਸ਼ੀ ਗੁਜਰ ਦਾ ਬਹੁਤ ਸੋਹਣਾ ਪੁਆਇੰਟ ਦਾ ਵਾਅਦਾ ਕੀਤਾ ਵਸੀਮ ਕੰਬੋ ਚੱਲ ਵੀ ਜ਼ਰਾ ਨੇੜੇ ਨੇੜੇ ਹੋ ਕਹਿੰਦੀਆਂ ਨਿਗਾਹਾਂ ਵਿੱਚ ਤੋਂ ਦੂਰ ਰੱਖ ਲਓ ਚੱਲ ਸਜਣਾ ਵਿੱਚ ਨੇੜੇ ਨੇੜੇ ਹੋ ਵਸੀਮ ਕੰਬੋ ਇੰਟਰਨੈਸ਼ਨਲ ਖਿਡਾਰੀ ਅਸੀਂ ਪਾਕਿਸਤਾਨ ਦੇ ਫਸਾ ਤਲਕ ਅਜ਼ਾਨ ਵਾਲਾ ਲੱਗਾ ਹੋਇਆ ਸਿਰ ਮੈਦਾਨ ਦੇ ਅੰਦਰ ਬਾਦਬਾਦ ਦੀ ਚੜ੍ਹਤ ਬੜੀ ਹੈ ਆ ਮਾਰੋ ਤਾੜੀ ਵਸੀਮ ਕੰਬੋ ਵਾਸਤੇ ਆਹ ਜਾਂਦਾ ਸ਼ਾਹ ਕਰਕੇ ਸੋਹਣਾ ਹੈ ਨਾ ਤਾਂ ਕਰਕੇ ਬਹੁਤ ਸੋਹਣਾ ਪੁਆਇੰਟ ਦਾ ਕੀਤਾ ਹੋਇਆ ਵਾਅਦਾ ਇਸ ਵੇਲੇ ਚੱਲ ਵੀ ਕਬੱਡੀ ਪਾਉਣ ਵਾਸਤੇ ਗੁਰਰੇਸ ਵਾਲਾ ਬਿਲਕੁਲ ਤਿਆਰ ਬਰ ਤਿਆਰ ਅੱਲਾ ਪਾਕ ਨਜ਼ਰੇ ਬਾਤ ਤੋਂ ਬਚਾਵੇ ਬਹੁਤ ਸੋਹਣਾ ਸਮਾਇਆ ਹੋਇਆ ਸਰੀਰ ਖਾ ਕੇ ਖੁਰਾਕਾਂ ਕਰਕੇ ਕਸਰਤਾਂ ਪਾਵਾਂ ਦਾ ਸ਼ੇਰ ਬਲੀ ਪੁੱਤ ਇਹਨਾਂ ਗਰਾਊਂਡਾਂ ਦਾ ਹਾਰ ਤੇ ਸ਼ਿਕਾਰ ਬਣਦੇ ਚਾਰ ਚਾਫੀ ਬੁਰੇ ਲਾਏ ਹੋਏ ਬੜੇ ਇਸ ਵੇਲੇ ਗੁਰਰੇਸ ਵਾਲਾ ਪੁੱਟ ਜੱਟਾਂ ਦਾ ਪੜਦਾ ਹੋਇਆ ਧੂੜਾ ਬਣਾ ਦਿੰਦਾ ਸਾਮਾ ਜੱਟ ਲੱਗ ਗਿਆ ਪਾਕਿਸਤਾਨ ਏਅਰਫੋਰਸ ਇਸ ਵੇਲੇ ਜਨਾਬ ਅਸਤਾਫ ਲਾਜਾਰ ਦਾ ਮੁੰਡਾ ਸ਼ੇਰ ਤੇ ਲੱਗਾ ਹੋਇਆ ਕਹਿੰਦਾ ਫਸ ਗਈ ਜਾਨ ਸ਼ਿਕੰਜੇ ਅੰਦਰ ਤੇ ਚੂ ਫੇਰਨੇ ਦੇ ਵਿੱਚ ਕੰਡਾ ਰਾਮ ਗੋਹਲ ਰਾਮ ਮੁਹੰਮਦ ਹੁਣ ਰਵੇ ਤੇ ਮੰਨਾ ਹੁਣ ਰਵੇ ਤੇ ਮੰਨਾ ਤਾੜੀ ਮਾਰੋ ਸਾਹਮਣੇ ਜੱਟ ਵਾਸਤੇ ਉਸ ਪਾਕਿਸਤਾਨ ਏਅਰਫੋਰਸ ਦਾ ਬੱਬਰ ਸ਼ੇਰ ਪਾਕਿਸਤਾਨ ਏਅਰਫੋਰਸ ਸਰਾਦਾ ਫਾਇਦਾ ਕਰਦਾ ਹੋਇਆ ਵਾਧਾ ਇਸ ਵੇਲੇ ਮੈਦਾਨ ਦੇ ਅੰਦਰ ਚੱਲ ਵੀ ਅੱਗੇ ਕਬੱਡੀ ਪਾਉਣ ਵਾਸਤੇ ਮੁੰਡਾ ਬਿਲਕੁਲ ਤਿਆਰ ਬਰ ਤਿਆਰ 200 ਬੋਝਾਂ ਵੱਡੀਆਂ ਕੰਗਾਂ ਵੱਲੋਂ ਪੈਂਦੀ ਹੋਈ ਕਬੱਡੀ ਚੱਲ ਵੀ ਸੋਹਣਾ ਪਾ ਖਜਰਾ ਕਬੱਡੀ ਕਿਤਾ ਕੌਂਟੀ ਖੇਡ ਵਿੱਚ ਵੇਖਦੀ ਤਾਰੀ ਸ਼ੌਕ ਨਾਲ ਬਣਦੇ ਕੌਂਟੀ ਦੇ ਖਿਡਾਰੀ ਮਾਂ ਖੇਡ ਕੌਂਟੀ ਸਾਨੂੰ ਜਾਣ ਤੋਂ ਹੈ ਪਿਆਰੀ ਮਾਂ ਖੇਡ ਕੌਂਟੀ ਸਾਨੂੰ ਜਾਣ ਤੋਂ ਹੈ ਪਿਆਰੀ ਵਾਇਟ ਵਗਾਸ ਮੈਡੀਟਰ ਦਾ ਚੱਲ ਵੀ ਵੈਸ ਰੰਦਾ ਵਾਰ ਰੇਟ ਦੇ ਉੱਪਰ ਚੱਲ ਵੀ ਵੈਸ ਰੰਦਾ ਵਿੱਚ ਪੈਂਦੀ ਹੀ ਕਬੱਡੀ ਮੈਦਾਨ ਦੇ ਅੰਦਰ ਚੱਲ ਵੀ ਨੀਲੀ ਰੰਗ ਦੀ ਪਾਈ ਹੋਈ ਨਿਕਰ ਆਰ ਇਸ ਵੇਲੇ ਚਾਰ ਜਾ ਵੀ ਲਾਏ ਹੋਏ ਮੋਰੇ ਬਦਸਰ ਮੱਛੋ ਪਾਕਿਸਤਾਨ ਏਅਰਫੋਰਸ ਸਾਪਾ ਜੱਟ ਆਏ ਕੰਗਾਂ ਦੀ ਬੜੀ ਤਕੜੀ ਜਾਫ ਲੈਣ ਆ ਦੂਜੀ ਕਰੀ ਵਾਲੇ ਮੁੰਡੇ ਦੀ ਟਰਾਈ ਬੜੀ ਹੈ ਫੜ ਲਿਆ ਗੁੱਟ ਵਿੱਚ ਪਾਲ ਪ੍ਰੀਤ ਨੂੰ ਤੋੜਦੇ ਨਹੀਂ
ਤੇ ਅਤਬਾਰ ਪੜੇ ਨੇ ਲੋੜ ਪਈ ਤੇ ਖੁੱਲੀਆਂ ਅੱਖਾਂ ਐਵੇਂ
ਅਸੀਂ ਕਿਸੇ ਜਮਾਤ ਤੋਂ ਨਹੀਂ ਫੇਲ ਹੁੰਦੇ ਜੋੜਾ ਨਾਲ ਜਿਹਨਾਂ ਕਹਦੇ ਪੜੇ ਨੇ ਜੋੜਾ ਨਾਲ ਜਿਹਨਾਂ ਕਹਦੇ ਪੜੇ ਨੇ ਆਸ ਵੇਲੇ ਜ਼ਾਨ ਵਾਲਾ ਡੱਕਣ ਦੀ ਕਰਦਾ ਹੋਇਆ ਕੋਸ਼ਿਸ਼ ਬਲ ਪੁਆਇੰਟ ਹੋ ਗਿਆ ਇਸ ਵੇਲੇ ਰੇਡਰ ਦਾ ਪੁਆਇੰਟ ਹੋ ਗਿਆ ਇਸ ਵੇਲੇ ਟੀਮ ਕਬੋਦਾ ਸਰਵੀ ਅਗਲੀ ਕਬੱਡੀ ਪਾਉਣ ਵਾਸਤੇ ਕੋਲ ਰੇਸ ਵਾਲਾ ਆ ਰੇਡ ਦੇ ਉੱਪਰ ਵਾਲਿਆਂ ਦਾ ਸੋਹਣਾ ਪੁੱਤ ਪਾਉਂਦਾ ਹੈ ਕਬੱਡੀ ਇਸ ਵੇਲੇ ਦਾ ਯਾਮੀਨ ਵਾਲੇ ਦਾ ਪੁੱਤ ਪਾਉਂਦਾ ਹੈ ਕਬੱਡੀ ਆਸ ਵੇਲੇ ਧਰਤੀ ਮਾਰੋ ਟਿਕਿਆ ਹੋਇਆ ਮੱਥਾ ਔਰ ਚਾਰ ਜਾ ਵੀ ਲਾਏ ਹੋਏ ਬੋਰੇ ਮਦਸਰ ਮੱਛੋ ਮੁਹੰਮਦ ਤਨਵੀਰ ਔਰ ਵਿਸਾਮਾ ਜੱਟ ਚਾਰਵੀ ਤਰਵੀਰ ਨੂੰ ਮਾਰਾ ਇੱਕ ਟੱਚ ਚਾਰਵੀ ਡਾਕ ਲਾ ਜੇ ਡਾਕ ਹੁੰਦਾ ਹੀ ਕੈਮਖਾ ਚੱਲਦੀ ਹੋਈ ਆ ਤੈਨੂੰ ਹੀਕ ਦੇ ਜ਼ੋਰ ਨਾਲ ਲੈ ਜਾਗੇ ਗੱਲ ਛੱਡਣੀ ਨਹੀਂ ਨਸੀਬਾਂ ਤੇ ਗੱਲ ਛੱਡਣੀ ਨਹੀਂ ਨਸੀਬਾਂ ਤੇ ਬਹੁਤ ਸੋਹਣਾ ਅੰਕ ਜੋੜਿਆ ਇਸ ਮੁਕਾਬਲੇ ਦੇ ਅੰਦਰ ਸਟੇਜ ਜ਼ੀਨਤ ਸਰਦਾਰ ਅਖਤਰ ਡੋਗਰ ਸਾਹਿਬ ਸਦਾਬਹਾਰ ਮਹਿਮਾਨੀ ਖੁਸ਼ੀ ਦੇ ਨਾਲ ਨਾਲ ਸਰਦਾਰ ਨਵੀਨ ਡੋਗਰ ਸਾਹਿਬ ਸ੍ਰੀ ਗਰਮਾ ਮਾਰ ਮੁਹੰਮਦ ਸਰਵਰ ਸਿੰਘ ਬਾਲ ਸਾਹਿਬ ਮਾਰ ਮੁਹੰਮਦ ਜੂਨ ਸਾਹਿਬ ਰਾਈਸ ਆਫ ਬਾਰ ਦੇ ਕੇ ਗੁਪਤ ਸ੍ਰੀ ਗਰਮਾ ਨੇ ਗਾਰਜ ਦੇ ਪੈਂਦੀ ਹੀ ਕਬੱਡੀ ਚੱਲ ਵੀ ਸੋਹਣਿਆ ਆ ਲਗਾਈ ਇਸ ਵੇਲੇ ਮੁਜ਼ੰਮਲ ਸੰਧੂ ਟੱਕਣੇ ਦੀ ਕਰਦਾ ਹੋਇਆ ਕੋਸ਼ਿਸ਼ ਮੁੰਡ ਨੇ ਕਰ ਦਿੱਤਾ ਹੀ ਚੱਕਾ ਯਾਰ ਬਲ ਹੋ ਗਈ ਧੰਨ ਧੰਨ ਕਬੱਡੀ 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 ਮੁਜ਼ੰਮਲ ਸੰਧੂ ਵਾਸਤੇ ਤਾੜੀ ਮਾਰਦੇ ਜ਼ੋਰਦਾਰ ਆ ਸਦਕੇ ਬਹੁਤ ਸੋਹਣਾ ਪੁਆਇੰਟ ਦਾ ਵਾਅਦਾ ਕੀਤਾ ਸੀ ਮੁਜ਼ੰਮਲ ਸੰਧੂ ਨੇ ਪੁਆਇੰਟ ਹੋ ਗਿਆ ਵਾਅਦਾ ਕਬੱਡੀ ਕਲੱਬ ਦਿਖਾਉਂਦੇ ਚੱਲ ਵੀ ਵਿਆਸ ਰੰਧਾਵਾ ਰੇਡ ਦੇ ਉੱਪਰ ਚੱਲ ਵੀ ਵਿਆਸ ਰੰਧਾਵਾ ਦਾ ਸਾਹ ਸਾਹ ਵਿੱਚ ਜਜ਼ਬੇ ਟੁਰ ਗਏ ਜਿਵੇਂ ਰਾਵੀ ਮਾਂ ਦੀ ਛਲ ਸਾਨੂੰ ਬਾਗਾਂ ਨੇ ਬੰਨ ਕੇ ਮੌਤ ਦੇ ਆਪ ਜੰਗਲੇ ਟੁਰੇ ਮਾਂ ਨਹੀਂ ਪਿੰਡ ਵਿੱਚ ਕੰਨ ਵਿਖਾਵਣੀ ਤੈਨੂੰ ਪੱਚਿਆ ਰੱਬ ਦਾ ਨਾਂ ਅਸੀਂ ਪੰਪ ਸੀਨੀਆਂ ਤੇ ਬੰਨ ਕੇ ਜਿੱਤੀ ਯਾਰੀ ਨਹੀਂ ਕੌਡੀ ਵਰਗਾ ਖੇਡ ਕਿਤੇ ਮੈਂ ਫਿਰ ਲਈ ਦੁਨੀਆ ਸਾਰੀ ਨਹੀਂ ਕੌਡੀ ਵਰਗਾ ਖੇਡ ਕਿਤੇ ਮੈਂ ਫਿਰ ਲਈ ਦੁਨੀਆ ਸਾਰੀ ਚੱਲ ਵੀ ਰਾਣਾ ਸਕਲੈਨ ਰੇਡ ਦੇ ਉੱਪਰ ਆਸ ਵੇਲੇ ਫੁੱਟੀਆਂ ਖੰਗਾਂ ਵੱਲੋਂ ਪੈਂਦੀ ਹੋਈ ਕਬੱਡੀ ਚੱਲ ਵੀ ਆ ਸਦਕੇ ਆ ਮੁੰਡਾ ਲੱਗਿਆ ਵੱਧ ਕੇ ਔਰ ਨਾਈ ਤੋਂ ਬਾਹਰ ਸਿਰ ਦੀ ਕੋਸ਼ਿਸ਼ ਹੈ ਔਰ ਪੁਆਇੰਟ ਕਿਹਦਾ ਬਾਈ ਜੀ ਪੁਆਇੰਟ ਹੋ ਗਿਆ ਇਸ ਵੇਲੇ ਮੁਹੰਮਦ ਸਕਲੈਨ ਦਾ ਪੁਆਇੰਟ ਹੋ ਗਿਆ ਰੇਡਰ ਦਾ ਪੁਆਇੰਟ ਹੋ ਗਿਆ ਇਸ ਵੇਲੇ ਰੇਡਰ ਦਾ ਬਹੁਤ ਸੋਹਣਾ ਅੰਕ ਜੋੜਦਾ ਹੋਇਆ ਇਸ ਵੇਲੇ ਮੈਦਾਨ ਦੇ ਅੰਦਰ ਔਰ ਅਗਲੀ ਕਬੱਡੀ ਪਾਉਣ ਵਾਸਤੇ ਸ਼ਾਨੀ ਗੁੱਜਰ ਚੱਲ ਵੀ ਕਾਸ਼ਿਫ ਸੰਧੂ ਦਾ ਮੁੰਡਾ ਸ਼ਿਕਰਦਾ ਪਾਉਂਦਾ ਹੈ ਕਬੱਡੀ ਡਾਜ ਕਰਾ ਕੇ ਦੂਜੀ ਕਰੀਬ ਵੀਰ ਲਗਾਈ ਆ ਪੁਆਇੰਟ ਹੋ ਗਿਆ ਇਸ ਵੇਲੇ ਸ਼ਾਨੀ ਗੁੱਜਰ ਲੱਕ ਦਾ ਕੱਪਦਾ ਜਾਂਦਾ ਹੋਇਆ ਇਸ ਵੇਲੇ ਪੁਆਇੰਟ ਦਾ ਕਰਦਾ ਹੋਇਆ ਵਾਧਾ
ਚਾਰ ਵੀ ਕਬੱਡੀ ਬਾਲ ਬਾਸ ਬਣਾ ਬਿਲਕੁਲ ਤਿਆਰ ਵਰ ਤਿਆਰ ਚਾਰ ਵੀ ਸੁਣਿਆ ਪਾਖਾ ਜਰਾ ਕਬੱਡੀ ਕਿਦਰ ਪੱਟਾ ਨਾਲ ਪੱਟ ਇਹ ਖੈਂਗੇ ਬੌਲਿਆ ਨੂੰ ਜਦ ਹੱਥ ਨਹੀਂ ਪੈਂਦੇ ਇਹ ਕਿਹੜੇ ਪਿੰਡ ਦਾ ਕਬਰੂ ਲੋਕੀ ਉਂਗਲਾ ਕਰ ਕਰ ਪੁੱਛਦੇ ਜ਼ਾਨ ਵਾਲੇ ਤੇ ਅੱਗੇ ਆ ਗਿਆ ਅਗਾਲਿਆਂ ਦਾ ਪੁੱਤ ਇਸ ਵੇਲੇ ਪੂਰੀ ਧੂੜਾ ਪੱਟਦਾ ਹੋਇਆ ਔਰ ਰੱਖ ਲਿਆ ਥੱਲੇ ਭਰ ਲਿਆ ਲੱਕ ਹੁਣ ਪੈ ਗਈਆਂ ਲੱਕ ਦੁਆਲੇ ਬਾਹਾਂ ਤੇ ਔਖੀਆਂ ਹੋ ਗਈਆਂ ਰਾਵਾਂ ਟਿਕ ਟਿਕ ਚੱਲਦੀ ਹੋਈ ਕੜੀ ਪੁਆਇੰਟ ਹੋ ਗਿਆ ਜਾਫੀ ਦਾ चल भी शादी गुजर हालांकि कबड्डी क्लब का पौधा है कबड्डी सुल्तान के अंदर शादी गुजर काशिप संतोष कहता है इस वेले पौधा है कबड्डी चल भी आ मार रहे टच मोहम्मद रवीद ना हुई टक्कर पर पॉइंट हो गया आज वाले शांति गुजर दा चाल भी राणा सकलेन आ रेड के ऊपर चाल भी सकलेन दी पेंटी हुई कबड्डी केंदा अक विच लाली मोच नु वट ते मथे गैरत चमके तुत पंजाबी हिक्का तन के तुरते रब के चाल भी अली सफरा ते राणा सकलेन पॉइंट दा करदा होया वादा आज वाले पॉइंट हो गया सर रीडर दा बड्डी कगां दे खाते पॉइंट दा करदा होया वादा चाल भी रोड्रिस वाला बिल्कुल तैयार पर तैयार अगली कबड्डी बॉलबाज को रेस वाला चल भी बालिया का पुत्र इस वेले खास चौड़ी छाती है मुंडे की रोस रोस कर ला पिंडा अग चार छाती है और टक्कर हो गई मुदसर बछोरा चल भी बच्चो मुदसर बछो चार तू कर अकवंजा जी बस ज्यादा शाकर शेर दिल दच गिर और पॉइंट हो गया इस वेले रेस वाले का पहुंचना पॉइंट तक होता है वादा चल भी अगली कबड्डी बॉलबाज बड़ा बिल्कुल तैयार पर तैयार और सदके मारे एक टच चल भी राणा अहमद टिकने की करता कोशिश राणा अहमद आज वाले मुंडा कैंप का करता होया और सद के पॉइंट हो गया रेडर का पॉइंट हो गया इस वाले बड़ी कंगा दिखाते चल भी कबड्डी बढ़ वास्ते व्यास रंधावा बिल्कुल तैयार पर तैयार व्यास रंधावे की पेंट की कबड्डी शीघ्र तो बोल दी जवानी चट दी ऐवी तारी दुनिया की वाणी चट दी अड़प सुबह है निशान जड़ दी ऐवी तारी दुनिया की वाणी जड़ दी इस वाले व्यास रंधावा चल भी नाक्या मुदसर मच्छो मुदसर मच्छो ते व्यास रंधावा चल भी जट्टा ने दोनों पुत कैंप का चलती हुई हिक्का दबाज दिया हिक्का मारो तारी व्यास रंधावे वास्ते हां पॉइंट हो गया सोले वाला कबड्डी का बाट चंदन के दिखाते चल भी आया रेड के ऊपर राणा सकलेन एक बार फिर कबड्डी पॉइंट वास्ते राणा सकलेन बिल्कुल तैयार बस तैयार चल भी कितना लक 11 नाल होवे जारी हुंदी भाइया नाल सरदारी और पॉइंट हो गया राणा सकलेन दा इस वेले मैदान दे अंदर बड़ी कंगन दिखाते हक दा करदा होया वादा चल भी शानी गुजर बिल्कुल तैयार बस तैयार कबड्डी पॉइंट वास्ते वाला कबड्डी क्लब वालों शानी गुजर आ रेड के ऊपर चल भी शानी गुजर दी कबड्डी नाल जुड़ा के सुलेमान दे अंदर शानी गुजर टच मारने दी कीती हुई कोशिश मुंडे ने चल भी आगे चार चापियां मुदसर पछो सामा जट ਕਿਹੜਾ ਬੜਾ ਲੱਗਾ ਹੀ ਆ ਸਾਮਾ ਜਨ ਲੱਗਦਾ ਇਸ ਵੇਲੇ ਪੁਆਇੰਟ ਦਾ ਵਾਧਾ ਕੀਤਾ ਹੋਇਆ ਸ਼ਾਨੀ ਗੁੱਜਰ ਨੇ ਖਾਨਾ ਸੁਖਾਨ ਸਾਹਿਬ ਰਾਬਤਾ ਕਰੋ ਇਧਰ ਭਈਆ ਆਸਫ ਇੱਕ ਮਿੰਟ ਚਾਰ ਵੀ ਕਬੱਡੀ ਬਾਰ ਬਸ ਬਣਾ ਬਿਲਕੁਲ ਤਿਆਰ ਬਰ ਤਿਆਰ ਹੈ ਚਾਰ ਵੀ ਆ ਗਿਆ ਜ਼ਾਨ ਵਾਲਾ ਚਾਰ ਵੀ ਦੇਖਣਾ ਪਏਗਾ ਜ਼ਾਨ ਵਾਲੇ ਦੀ ਚਾਰਤ ਬੜੀ ਹੈ ਔਰ ਪੁਆਇੰਟ ਹੋ ਗਿਆ ਇਸ ਵੇਲੇ 252 ਬਣੀ ਹੈ ਕੰਗਾ ਦੇ ਬੱਬਰ ਸ਼ੇਰ ਦਾ ਬਹੁਤ ਸੋਹਣਾ ਅਗਲਾ ਕੀਤਾ ਹੋਇਆ ਵਾਦਾ ਸੁਲਮਾਨ ਦੇ ਅੰਦਰ ਚਾਰ ਵੀ ਕਬੱਡੀ ਬਾਰ ਬਸ ਗੁਰਪ੍ਰੀਤ ਵਾਲਾ ਗੁਰੇਸ ਵਾਲੇ ਦੀ ਪੈਂਦੀ ਹੀ ਕਬੱਡੀ ਨਾ ਤੂੰ ਬੋਲੇ ਤੇ ਲੱਖ ਦੀ ਗੱਲ ਏ ਮੈਂ ਬੋਲਾਂ ਤੇ ਕੱਖ ਦੀ ਗੱਲ ਏ ਸਾਨੂੰ ਤੇ ਸੋਹਣਾ ਲੱਗਦਾ ਆਪੋ ਆਪਣੀ ਅੱਖ ਦੀ ਗੱਲ ਏ ਆਪੋ ਆਪਣੀ ਅੱਖ ਦੀ ਗੱਲ ਗੁਰੇਸ ਵਾਲਾ ਅਸਾ ਜਾਮੀ ਵਾਲੇ ਦਾ ਪੁੱਤ ਚਾਰ ਵੀ ਮੁੰਡਾ ਲੱਗ ਗਿਆ ਲੱਖ ਲਿਆ ਥੱਲੇ ਲੱਖਿਆ ਜਾਦੂ ਕਰ ਮਾਰੋ ਤਾੜੀ ਤਾੜੀ ਜ਼ੋਰਦਾਰ ਸੁਪਰੇ ਅੰਦਰ ਨੂੰ ਮਾਹੀ ਗਿਆ ਤੇ ਮੈਂ ਗਾਲ ਵਿੱਚ ਪਾ ਦਿਆ ਬਾਹਾਂ ਕਰਤੀ ਮਾਰੀ ਅੱਖ ਨਾਲ ਖੇਲਾ
ਕਿਤੇ ਫੇਰ ਖੇਡਣਾ ਜਾਵਾ ਚਾੜੀ ਮਾਰਦੇ ਜੋ ਜੀ ਮਦਸਰ ਬੱਚੋ ਵਾਸਤੇ ਜਾਦੂਗਰ ਬੜਾ ਤਕੜਾ ਜਾਪੀ ਪਾਕਿਸਤਾਨ ਏਅਰ ਫੋਰਸ ਪਿੰਡ 51 ਜੀਵੇ ਸਜਾਦਾ छोटा भीला उच्चर कबड्डी क्लब और टाइगर कबड्डी क्लब गुरुसर भाई जी पॉइंट इस वेले ना बहुत सोना मैच है जेड़ा उतना ना 75 की दा बड़ा ही तगड़ा मुकाबला होना 208 छोटा भीला ते 208 गुरुसर भाई जी फर्क की है एक बरे टाइगर कबड्डी क्लब और दूसरे बरे गुच्चर कबड्डी क्लब है फाइनल टाकरे बस दोनों टीम आ जाओ बेहद शुक्रिया जनाब सदा बहार मेहमान खसूसी जनाब सरदार अख्तर डोगर साहब सरदार नवीन डोगर साहब बेहद शुक्रिया मार मोहम्मद सरवर सिंह पाल साहब थैंक यू सर तेरी मोहब्बत का शुक्रिया और परे हो जा ओए शुक्रिया जी ਪਾਇਟ ਹੋ ਗਿਆ ਇਸ ਵੇਲੇ ਲੀਡਰ ਦਾ ਭਾਜੀ 75 ਕਿਲੋ ਭਾਰ ਦਾ ਜਿਹੜਾ ਫਾਈਨਲ ਹੋਣਾ ਨਾ ਉੱਚਰ ਕਬੱਡੀ ਕਲੱਬ ਛੋਟਾ ਵੀਰਾ ਔਰ ਟਾਈਗਰ ਕਬੱਡੀ ਕਲੱਬ ਗੁਰੂ ਸਾਹਿਬ ਭਾਜੀ ਦੋਨੋਂ ਟੀਮਾਂ ਦਾ ਕੇਟ ਕਰਕੇ ਤੇ ਆ ਜਾ ਮੈਦਾਨ ਚ ਮੈਦਾਨ ਚ ਅੱਜ ਦੋਨੋਂ ਟੀਮਾਂ ਬੜਾ ਫਸਮਾ ਤਕੜਾ ਮੁਕਾਬਲਾ ਹੋਣਾ ਭਾਈ ਜੀ ਆ ਵੀ ਦੋਹਾਂ ਟੀਮਾਂ ਦਾ ਅੱਜ ਪਤਾ ਲੱਗਣਾ ਵੀ ਸ਼ੇਰ ਜਿਹੜਾ ਜਿਗਰਾ ਰੱਖ ਕੇ ਕਿਹੜੀ ਟੀਮ ਗਰਾਊਂਡ 'ਚ ਆਉਂਦੀ ਆ ਇਹ ਹੁਣ ਦੋਨੋਂ ਟੀਮਾਂ ਨਾਲ ਬੜੀਆਂ ਤਕੜੀਆਂ ਵਾ ਬੜਾ ਫਸਮਾ ਮੈਚ ਹੋਣਾ 75 ਕੇਜੂ ਦਾ ਕੇਜੀ ਦਾ ਬਾਈ ਟੀਮਾਂ ਦੋਨੋਂ ਹੀ ਦੋਹਾਂ ਟੀਮਾਂ ਨਾਲ ਸਿਰਫ ਇੱਕ ਇੱਕ ਕੋਚ ਆਵੇ ਗਰਾਊਂਡ 'ਚ ਵਾਧੂ ਕੋਈ ਬੰਦਾ ਨਾ ਆਵੇ ਬੇਸ਼ੱਕ ਚਾਰ ਵੀਰਾਂ ਸਿੰਘ ਲੈਣ ਅਜ਼ਾਨ ਵਾਲਾ ਅਜ਼ਾਨ ਵਾਲਾ ਲੱਗ ਲੱਗ ਭਾਰ ਦੀ ਕਰਦਾ ਹੈ ਕੋਚ ਜੀ ਭਰ ਲਿਆ ਨੱਕ ਆ ਗਿਆ ਬਾਲੇ ਤੇ ਹੱਥੀ ਆ ਸਦਕੇ ਸਦਕੇ ਵਾਲਾ ਪੂਰਾ ਲੰਦਾ ਹੈ ਜ਼ੋਰ ਹੁਣ ਪਿੰਡ ਪੈ ਗਏ ਸਾਨਾ ਦੇ ਕੰਟੀ ਦੇ ਮੈਦਾਨ ਅੰਦਰ ਬੱਤੇ ਲੱਗਣਗੇ ਜਾਨਾ ਦੇ ਬੱਤੇ ਲੱਗਣਗੇ ਜਾਨਾ ਦੇ ਹਸਰੇ ਵਾਲਾ ਅਜ਼ਾਨ ਵਾਲਾ ਪੁਆਇੰਟ ਦਾ ਕਰਦਾ ਹੋਇਆ ਵਾਦਾ ਉਹ ਸੁਣਾ ਦਿੰਦਾ ਵਾਦਾ ਕਿਦੋਂ ਇਸ ਵੇਲੇ ਵਾਲਾ ਕਬੱਡੀ ਕਾਪ ਦੇ ਖਾਤੇ ਚਾਰ ਵੀ ਕਬੱਡੀ ਪਾਉਣ ਵਾਸਤੇ ਅੱਜ ਵੀ ਜ਼ਾਨ ਵਾਲਾ ਵਧਿਆ ਹੈ ਮੈਦਾਨ ਦੇ ਅੰਦਰ ਚਾਰ ਵੀ ਕਬੱਡੀ ਪਾਉਂਦਾ ਹੈ ਇਸ ਵੇਲੇ ਮੁੰਡਾ ਜ਼ਾਨ ਵਾਲਾ ਬਹੁਤ ਤਕੜਾ ਇਸ ਵੇਲੇ ਜਨਾਬ ਖੇਡਦਾ ਹੈ ਮੈਦਾਨ ਦੇ ਅੰਦਰ ਜੱਫਾ ਕਰਕੇ ਪਾਈ ਕੌਡੀ ਚੱਲ ਵੀ ਇਸ ਵੇਲੇ ਦਾ ਸਰਪੰਚ ਆ ਮਚਰੇ ਰੱਖ ਲਿਆ ਥੱਲੇ छोटे जिन्हें भी कबड्डी खिडारी ना 75 के जी जलेबी वाली दुकान से फोटो गेट करने वास्ते आज जल्दी जल्दी भी दोनों टीम तैयार होके टाइगर कबड्डी क्लब जिन्हें खिडारी ना हाकी ग्राउंड च पहुंचो कबड्डी खेल मैदान के अंदर शानी गुजर असल टच मारने की करता हुआ कोशिश लग गया ट्राई करता वैसल दावे डगने की बैन बिल्कुल बराबर ही दिया ला गया बच्चे अच्छा ला गया मुदसर बच्चो मुंडा पाकिस्तान एयरफोर्स वाला आप इस वे लंग पकड़ बना लाई आप मुंडे ने सदके सदके क्या मका पूरी लगता है चूरा चोर ਚਲਦਾ
ਪੁਆਇੰਟ ਹੋ ਗਿਆ ਰੇਡਰ ਦਾ ਚੱਲ ਵੀ ਅਗਲੀ ਕਬੱਡੀ ਪਾਉਣ ਵਾਸਤੇ ਕੋਲ ਰੇਜ਼ਵਾਨਾ ਕਬੱਡੀ ਦੇ ਉੱਪਰ ਕੋਲ ਰੇਜ਼ਵਾਨਾ ਕੋਦਾ ਹੈ ਕਬੱਡੀ ਕਿਤਾ ਚਾਹ ਦੀ ਪਿਆਲੀ ਹੋਵੇ ਨਸਰਤ ਦੀ ਕਬਾਦੀ ਹੋਵੇ ਸਾਰਾ ਕਮਰਾ ਖਾਲੀ ਹੋਵੇ ਯਾਰ ਤੱਕ ਪਾਲੀ ਹੋਵੇ ਕੌਂਟੀ ਤਾਂ ਕੀਤੀ ਜਾਂਦੀ ਜਿੰਦ ਜੇ ਸਵਾਲੀ ਹੋਵੇ ਕੌਂਟੀ ਤਾਂ ਕੀਤੀ ਜਾਂਦੀ ਜਿੰਦ ਜੇ ਸਵਾਲੀ ਹੋਵੇ ਲੱਗ ਗਿਆ ਮਦਸਰ ਮੱਛਾ ਪੁਆਇੰਟ ਹੋ ਗਿਆ ਗੁਰਰੇਜ਼ ਵਾਲੇ ਦਾ ਗੁਰਰੇਜ਼ ਵਾਲੇ ਵਾਸਤੇ ਤਾੜੀ ਬਣਦੀ ਭਾਈ ਇੱਕ ਵਾਰ ਤਾੜੀ ਮਾਰਦੀ ਚਾਰ ਵਜੇ ਦੇ ਉੱਪਰ ਵਸੀਮ ਕੱਪੋ ਆਇਆ ਬਾਰੇ ਤੇ ਬੜਾ ਗਮੋਆ ਦਾ ਪੁੱਤ ਚਾਰ ਵਿੱਚ ਧੂਰਾ ਪਾਉਂਦਾ ਹੋਇਆ ਮੈਦਾਨ ਦੇ ਅੰਦਰ ਚਾਰ ਵਿੱਚ ਅਸ਼ਾਨ ਵਾਲਾ ਵਿੱਚ ਜਾਪੀਆਂ ਦੇ ਲਈ ਸਪਰਾ ਕਿਹੜਾ ਬੜਾ ਲੱਗ ਗਿਆ ਜੀ ਮਜ਼ੰਮਲ ਸੰਦੇ ਆ ਸੰਦਵਾ ਕਹਿੰਦਾ ਪਿੰਡ ਦੇ ਵਿਚਾਲੇ ਭਾਵੇਂ ਚੌਕੀ ਏ ਜੱਟਾਂ ਦਾ ਮੁੰਡਾ पूरी जान मारते हुए चल भी कबड्डी बॉल बस शांति गुजर की पी कबड्डी दसर मछो और इस वे सामा जट ਵਾਈਟ ਹੋ ਗਿਆ ਸਵੇਰੇ ਰੇਡਰ ਬਹੁਤ ਸੋਹਣੇ ਅੰਦਰਾ ਕੀਤਾ ਹੋਇਆ ਵਾਧਾ ਔਰ ਫਸਮਾ ਮੈਚ ਚੱਲ ਜੇ ਆਖਰੀ ਪਲ ਆਸ ਵੇਲੇ ਇੱਕ ਇੱਕ ਕਬੱਡੀ ਦੇ ਇੱਕ ਇੱਕ ਪੁਆਇੰਟ ਦੇ ਹੁੰਦੀ ਹੋਈ ਜੰਗ ਦੇਖਦੇ ਹਾਂ ਅੱਜ ਫਤਲ ਦਾ ਚੱਲਾ ਕਿਹੜੀ ਟੀਮ ਨਾਲ ਰਹਿੰਦੀ ਆ ਕਬੱਡੀ ਗੋਡ ਬਾਸ ਵੈਸ ਰੰਦਾ ਵਾ ਚੱਲ ਵੀ ਮਦਸਰ ਮੱਛੋ ਤੇ ਲੱਗ ਗਿਆ ਮੱਛੋ ਦਾ ਵੀਰਾ ਲੱਗ ਗਿਆ ਮੁਹੰਮਦ ਤਮਵੀਰ ਆਲ ਪੁਆਇੰਟ ਕਿਹਦਾ ਪੁਆਇੰਟ ਹੈ ਵੈਸ ਰੰਦਾਵੇ ਦਾ ਪੁਆਇੰਟ ਹੋ ਗਿਆ ਸੋਹਣਾ ਵੈਸ ਰੰਦਾਵੇ ਦਾ ਸੋਹਣਾ ਅੰਗਲਾ ਵਾਧਾ ਕੀਤਾ ਹੋਇਆ ਚੱਲ ਵੀ ਰਾਣਾ ਸਕਲੈਨ ਰੇਡ ਦੇ ਉੱਪਰ ਰਾਣਾ ਸਕਲੈਨ ਇਸ ਵੇਲੇ ਪਾਉਂਦਾ ਹੈ ਕਬੱਡੀ ਕਿਹਦਾ ਝੂਠਤਾ ਸੱਚ ਵੱਖੋ ਵੱਖ ਹੀਰਾ ਕੱਚ ਵੱਖੋ ਵੱਖ ਤੇ ਸੱਜੇ ਤਕੜੀ ਪਾਏ ਪਾਰਸ ਬੰਦੇ ਖੱਚ ਵੱਖੋ ਵੱਖ ਕਰਵਿਜ਼ਾਨ ਵਾਲਾ ਔਰ ਜ਼ਾਨ ਵਾਲਾ ਮਾਲ ਪੁਆਇੰਟ ਹੋ ਗਿਆ ਇਸ ਵੇਲੇ ਰਾਣਾ ਸਕਲੈਨ ਦਾ ਪੁਆਇੰਟ ਹੋ ਗਿਆ 252 ਪੱਟੀਆਂ ਕੰਗਾਂ ਦੇ ਖਾਤੇ ਬਹੁਤ ਸੋਹਣੇ ਅਗਲਾ ਕੀਤਾ ਹੋਇਆ ਵਾਧਾ ਸਰਦਾਰ ਦੇ ਅੰਦਰ ਪੁਆਇੰਟ ਹੈ ਰੇਡਰ ਦਾ ਪੁਆਇੰਟ ਹੋ ਗਿਆ 252 ਵੱਡੀਆਂ ਕੰਗਾਂ ਦਾ ਸਾਫਰਿਆ ਚੜ੍ਹਦੀ ਟੀਮ ਦਾ ਪੁਆਇੰਟ ਹੈ ਅਗਲੀ ਕਬੱਡੀ ਪਾਉਣ ਵਾਸਤੇ ਗੁਰਰੇਜ਼ ਵਾਲਾ ਚੱਲ ਵੀ ਉਸਤਾ ਯਾਮੀਨ ਵਾਲੇ ਦਾ ਫਿਰ ਇਸ ਵੇਲੇ ਬੁੰਦਾ ਹੈ ਕਬੱਡੀ ਚੱਲ ਵੀ ਧਰਤੀ ਹਾਂ ਤੇ ਕਿਆਮਤ ਇਸ ਵੇਲੇ ਬੁੰਦੇ ਨੇ ਚਾਰ ਜਾਫੀ ਲਾਏ ਹੋਏ ਮੋਰੇ ਦੇਖਣਾ ਪਿਆ ਕਿ ਹਰ ਵੇਲੇ ਬਸ ਰੱਬ ਰੱਬ ਕਰੀਦਾ ਮੰਦਾ ਕਰੀਦਾ ਨਾ ਕਦੇ ਮੰਦਾ ਚਰੀਦਾ ਪਾਣਸ ਕਦੇ ਖਾਦਾ ਨਹੀਂ ਵਸਾ ਬੈਰੀਦਾ ਸੱਜਣਾ ਦਾ ਸੁਬਾ ਸ਼ਾਮ ਪਾਣੀ ਭਰੀਦਾ ਸੱਜਣਾ ਦਾ ਸੁਬਾ ਸ਼ਾਮ ਪਾਣੀ ਭਰੀਦਾ ਆਸ ਸਰਕਾਰ ਬਿਆਨੀ ਵਾਲੇ ਔਰ ਇਸ ਵੇਲੇ ਵੱਡਾ ਤਜਰਬਾ ਰੱਖਦੇ ਨੇ ਆਖਰੀ ਪਲ ਔਰ ਇਹਨਾਂ ਵਿੱਚਾਂ ਦਾ ਬਾਈ ਜੀ ਅੱਜ 75 ਕਿਲੋ ਭਾਰਤੀਆਂ ਦੋਨੋਂ ਟੀਮਾਂ ਗਰਾਊਂਡ ਜਾ ਜਾਓ ਬਾਈ ਜੀ ਟੀਮਾਂ ਆ ਜਾਓ ਦੋਨੋਂ ਹੀ ਮਜ਼ੰਮਲ ਸੰਧੂ ਆ ਸੰਧੂਆਂ ਦਾ ਪੁੱਤ ਧੂੜਾ ਪੱਟਦਾ ਚੜ੍ਹਤ ਹੋ ਗਈ ਆ ਸੰਧੂ ਜੀ ਮਾਰੋ ਤਾੜੀ ਮਜ਼ੰਮਲ ਸੰਧੂ ਵਾਸਤੇ ਆ ਕਹਿੰਦਾ ਤੈਨੂੰ ਮਿਲਣ ਮਿੱਤ ਕੇ ਆਇਆ ਸੱਪਾਂ ਦੇ ਸਿਰ ਬਿੰਦ ਕੇ ਆਇਆ ਤੇ ਵੈਰੀਆਂ ਨੇ ਅੱਜ ਥੜੇ ਨੇ ਮਾਰੇ ਤਾਈਓ ਮੈਂ ਵੀ ਜ਼ਿੱਦ ਕੇ ਆਇਆ ਤਾਈਓ ਮੈਂ ਵੀ ਜ਼ਿੱਦ ਕੇ ਆਇਆ ਅਸਲੇ ਮਜ਼ੰਮਲ ਸੰਧੂ ਅਸਲੇ ਧੂੜਾ ਪੱਟਦਾ ਹੋਇਆ ਮੈਦਾਨ ਦੇ ਵਿੱਚ ਬਹੁਤ ਵਧੀਆ ਬਾਲਾ ਕਬੱਡੀ ਕਲੱਬ ਦੇ ਖਾਤੇ ਇੱਕ ਪੁਆਇੰਟ ਦਾ ਵਾਧਾ ਕੀਤਾ 75 ਕਿਲੋ ਭਾਰਤੀਆਂ ਦੋਨੋਂ ਟੀਮਾਂ ਆ ਜਾਓ ਛੋਟਾ ਵੀਰਾ ਤੇ ਗੁਰੂ ਸਾਹਿਬ ਫਾਈਨਲ ਮੈਚ ਵਾਸਤੇ ਬਾਈ ਦੀ ਟੀਮ ਆ ਜਾਓ
ਚੱਲ ਵੀ ਸ਼ਾਨੀ ਕੁੱਟ ਰੇਡ ਦੇ ਉੱਪਰ ਸ਼ਾਨੀ ਕੁੱਟ ਪੈਂਦੀ ਹੀ ਕਬੱਡੀ ਮੈਦਾਨ ਦੇ ਅੰਦਰ ਆ ਚੱਲ ਵੀ ਸ਼ਾਨੀ ਆ ਦੇਖਣਾ ਪੈਗਾ ਆ ਤਬੀ ਤੱਕ ਦੀ ਮੰਗ ਹੈ ਔਰ ਵਾਸਤੇ ਜ਼ੁਲਫਕਾਰ ਮਿਆਰੀ ਨੇ ਵੱਡਾ ਤਜਰਬਾ ਰੱਖਦੇ ਆ ਉਹਨਾਂ ਦੀ ਬਣੀ ਬਣ ਵਾਸਤੇ 252 ਬਣੀ ਕਿੰਗ ਬਲ ਨੌਜਵਾਨ ਬਿਲਕੁਲ ਤਿਆਰ ਬਣ ਤਿਆਰ ਆ ਚੱਲ ਵੀ ਸਦਕੇ ਅਲੀ ਸਫਰਾ ਟੱਕਣ ਦੀ ਕਰਦਾ ਹੋਇਆ ਕੋਸ਼ਿਸ਼ ਪਾਰੀ ਫਰਕਮ ਸ਼ਰੀਰ ਹੈ ਮੁੰਡੇ ਦਾ ਔਰ ਪੁਆਇੰਟ ਹੋ ਗਿਆ ਇਸ ਵੇਲੇ ਕੰਗਾ ਦੇ ਬੱਬਰ ਸ਼ੇਰ ਦਾ ਪੁਆਇੰਟ ਹੋ ਗਿਆ ਲੀਡਰ ਦਾ।